ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਸਵੈਮਾਨ ਸਿੰਘ ਪਖੋਕੇ। ਦਿਲ ਤਾਂ ਕਰਦਾ ਕਿ ਮੈਡੀਸਨ ਦੀ ਗੱਲ ਕਰੀਏ, ਪਰ ਸੋਸ਼ਲੀ ਗੱਲ ਅੱਜ ਫੇਰ ਕਰਨੀ ਪੈਣੀ ਆ, ਕਿਉਂਕਿ ਫਾਰਮਰਸ ਜਿਹੜਾ ਐਂਟੀ ਫਾਰਮਰ ਬਿੱਲ ਆ ਪੰਜਾਬ 'ਚ, ਮੈਨੂੰ ਨਹੀਂ ਲੱਗਦਾ ਕਿ ਅਸੀਂ ਉਹ ਚੀਜ਼ ਨੂੰ ਓਵਰਲੁੱਕ ਕਰ ਸਕਦੇ ਹਾਂ। ਜੇ ਸਾਡੇ ਪੰਜਾਬੀ ਭਰਾ ਉੱਥੇ ਸੜਕਾਂ 'ਤੇ ਆ, ਕਰੋਨਾ ਵਰਗਾ ਟਾਈਮ ਆ, ਤਾਂ ਉਹ ਸੜਕਾਂ 'ਤੇ ਅਸੀਂ ਹੋਰ ਕਿਸੇ ਚੀਜ਼ ਦੀ ਕਿੱਦਾਂ ਗੱਲ ਕਰ ਸਕਦੇ ਹਾਂ? ਔਰ ਜੇ ਕੋਈ ਇਹ ਸੋਚ ਰਿਹਾ ਕਿ ਯਾਰ ਇਹ ਡਾਕਟਰ ਇਹ ਫਾਰਮਰਸ ਬਿੱਲ ਦੀ ਕਿਉਂ ਗੱਲ ਕਰ ਰਿਹਾ, ਤਾਂ ਮੈਂ ਉਹਨੂੰ ਇਹ ਕਹਾਂ ਕਿ ਕੁਸ਼ਚਨ ਇਹ ਨਹੀਂ ਆ ਕਿ ਇਹ ਡਾਕਟਰ ਜਿਹੜੇ ਆ ਅੱਜ ਫਾਰਮਰਸ ਬਿੱਲ ਦੀ ਕਿਉਂ ਗੱਲ ਕਰ ਰਹੇ ਆ, ਕੁਸ਼ਚਨ ਇਹ ਆ ਕਿ ਤੁਸੀਂ ਇਹ ਚੀਜ਼ ਦੀ ਗੱਲ ਕਿਉਂ ਨਹੀਂ ਕਰ ਰਹੇ? ਜੇ ਤੁਸੀਂ ਲਾਇਰ ਹੋ, ਤੁਸੀਂ ਯੂ ਨੋ ਕੋਈ ਵੀ ਪ੍ਰੋਫੈਸ਼ਨਲ ਹੋ, ਤੁਹਾਨੂੰ ਰੱਬ ਨੇ ਆ ਪੜ੍ਹਾਈ ਦਿੱਤੀ ਆ, ਤੁਹਾਡੇ ਕੋਲ ਇਹ ਤਾਕਤ ਆ ਬੋਲਣ ਦੀ, ਅਤੇ ਤੁਸੀਂ ਚੁੱਪ ਜਾਓ, ਉਹਦੇ ਵਿੱਚ ਤੁਹਾਨੂੰ ਸ਼ਰਮ ਮਹਿਸੂਸ ਹੋਣੀ ਚਾਹੀਦੀ ਆ। ਸਾਡੇ ਨਾਲ ਸਪੈਸ਼ਲ ਗੈਸਟ ਜੁੜੇ ਆ ਪੰਜਾਬ ਤੋਂ, ਉਹ ਵੀ ਡਾਕਟਰ ਨੇ, ਉਹਨਾਂ ਬਾਰੇ ਤੁਹਾਨੂੰ ਥੋੜ੍ਹਾ ਜਿਹਾ ਦੱਸਾਂਗੇ। ਅੱਜ ਸ਼ੰਭੂ ਬਾਰਡਰ ਤੋਂ ਹੀ ਆਏ ਆ, ਸੋ ਤੁਹਾਨੂੰ ਥੋੜ੍ਹੀ ਜਿਹੀ ਅਪਡੇਟਸ ਦੇਵਾਂਗੇ ਉੱਥੋਂ ਪੰਜਾਬ ਤੋਂ। ਪਰ ਉਹ ਚੀਜ਼ਾਂ ਤੋਂ ਪਹਿਲਾਂ ਮੈਂ ਦੋ ਹਿਸਟੋਰੀਕਲ ਚੀਜ਼ਾਂ ਨਾਲ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ, ਕਿਉਂਕਿ ਪੰਜਾਬ ਤੋਂ ਨਾ ਇੱਕ ਕੁਛ ਲੋਕ ਹੁੰਦੇ, ਜਦੋਂ ਵੀ ਕੋਈ ਤਕੜੀ ਚੀਜ਼ ਕੋਈ ਕਰਨਾ ਚਾਹੁੰਦਾ, ਕੋਈ ਰੈਵੋਲਿਊਸ਼ਨ ਲੈ ਕੇ ਆਉਣਾ ਚਾਹੁੰਦਾ ਹੁੰਦਾ, ਤਾਂ ਬੜੇ ਲੋਕ ਹੁੰਦੇ ਹੁੰਦੇ, ਬਹਿ ਜਾਓ ਜੀ, ਕੁਛ ਨਹੀਂ ਹੋਣਾ, ਇਹ ਤਾਂ ਸਦਾ ਹੀ ਲੜਦੇ ਰਹੇ ਜੀ, ਇਹ ਕਦੀ ਕੁਛ ਨਹੀਂ ਹੁੰਦਾ, ਬਿੱਲ ਨਹੀਂ ਕਦੀ ਵਾਪਸ ਹੋਏ, ਬਿੱਲ ਵੀ ਕਦੀ ਵਾਪਸ ਹੋਏ ਆ। ਸੋ ਉਹਨਾਂ ਨੂੰ ਮੈਂ ਥੋੜ੍ਹੀ ਜਿਹੀ ਹਿਸਟੋਰੀਕਲ ਪਰਸਪੈਕਟਿਵ ਦੇ ਦਾਂ ਕਿ ਇੱਦਾਂ ਹੀ 1906 ਦੇ ਵਿੱਚ ਪਗੜੀ ਸੰਭਾਲ ਲਹਿਰ ਹੀ, ਸ਼ਾਇਦ ਤੁਹਾਨੂੰ ਪਤਾ ਹੋਊਗਾ, ਸਰਦਾਰ ਅਜੀਤ ਸਿੰਘ ਜਿਹੜੇ ਚਾਚਾ ਜੀ ਸੀ ਸਰਦਾਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਦੇ, ਉਦੋਂ ਕੀ ਹੋਇਆ ਸੀ ਕਿ ਗੋਰਿਆਂ ਨੇ ਇੱਕ ਐਕਟ ਲਿਆਂਦਾ। ਉਹ ਪਹਿਲਾਂ ਤਾਂ ਉਹਨਾਂ ਨੇ ਪਹਿਲਾਂ ਐਕਟ ਤੋਂ ਵੀ ਪਹਿਲਾਂ ਉਹਨਾਂ ਨੇ ਕਿਹਾ ਕਿ ਅਸੀਂ ਨਾ ਕੋਲੋਨਾਈਜ਼ ਕਰਨਾ ਲੈਲਪੁਰ ਨੂੰ, ਜਿਹੜਾ ਅੱਜ ਫੈਸਲਾਬਾਦ ਹੈ ਪਾਕਿਸਤਾਨ 'ਚ, ਲੈਲਪੁਰ ਨੂੰ ਉਹਨਾਂ ਨੇ ਨਾ ਚਨਾਬ ਦਾ ਪਾਣੀ ਮੋੜਤਾ। ਉਹ ਕੋਈ ਇੰਨੀ ਫਰਟਾਈਲ ਲੈਂਡ ਫਰਟਾਈਲ ਹੀ ਸੀ, ਪਰ ਉੱਥੇ ਪੱਥਰ ਪੁੱਥਰ ਬਹੁਤ ਹੀ, ਅਤੇ ਕੋਈ ਰਹਿੰਦਾ ਨਹੀਂ ਸੀ, ਵੱਸਦਾ ਨਹੀਂ ਸੀ ਉਹ ਏਰੀਆ। ਉਹਨਾਂ ਨੇ ਕੀਤਾ, ਚਨਾਬ ਦਾ ਪਾਣੀ ਮੋੜਤਾ, ਅਤੇ ਜਿਹੜੇ ਜਲੰਧਰ ਦੇ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਜਿਹੜੇ ਪੁਰਾਣੇ ਫੌਜੀ ਸੀ, ਜਿਨ੍ਹਾਂ ਨੇ 1857 'ਚ ਗੋਰਿਆਂ ਦਾ ਸਾਥ ਦਿੱਤਾ ਸੀ, ਉਹਨਾਂ ਨੂੰ ਕਿਹਾ ਕਿ ਤੁਹਾਨੂੰ ਅਸੀਂ ਜ਼ਮੀਨ ਦੇਵਾਂਗੇ ਲੈਲਪੁਰ, ਤੁਸੀਂ ਜਾਓ ਉੱਥੇ ਵਸਾਓ ਅਤੇ ਜ਼ਮੀਨ ਤੁਹਾਡੀ। ਕਿਸਾਨ ਉੱਥੇ ਗਏ, ਜਾ ਕੇ ਜ਼ਮੀਨ 'ਚੋਂ ਮਤਲਬ ਕਿ ਦਿਨ ਰਾਤ ਇੱਕ ਕੀਤਾ, ਲੈਂਡ ਪੂਰੀ ਫਰਟਾਈਲ ਕਰਤੀ, ਅਤੇ ਜਦੋਂ ਫਰਟਾਈਲ ਹੋ ਗਈ ਤਾਂ ਗੋਰਿਆਂ ਦੇ 'ਚ ਨਹੀਂ ਇਹ, ਤਾਂ ਉਹਨਾਂ ਨੇ ਫਿਰ ਦੋ ਐਕਟ ਲਿਆਂਦੇ, ਇੱਕ ਜਿਹੜਾ ਕੋਲੋਨਾਈਜੇਸ਼ਨ ਐਕਟ, ਇੱਕ ਬਾਰੀ ਦੁਆਬ ਐਕਟ। ਉਹ ਦੋ ਐਕਟ ਲੈ ਕੇ ਆਉਂਦੇ ਕਿ ਪਹਿਲੀ ਗੱਲ ਤਾਂ ਜਿਹੜੀ ਜ਼ਮੀਨ ਆ ਇਹ ਵੀ ਸਾਡੀ, ਇੱਥੇ ਤੁਸੀਂ ਘਰ ਨਹੀਂ ਬਣਾ ਸਕਦੇ, ਇੱਥੇ ਤੁਸੀਂ ਦਰਖਤ ਨਹੀਂ ਲਾ ਸਕਦੇ, ਦਰਖਤ ਵੱਢ ਨਹੀਂ ਸਕਦੇ, ਇੱਥੇ ਆਹ ਜ਼ਮੀਨ ਤੁਸੀਂ ਵੇਚ ਨਹੀਂ ਸਕਦੇ, ਆਹ ਜ਼ਮੀਨ ਤੁਸੀਂ ਖਰੀਦ ਨਹੀਂ ਸਕਦੇ, ਸਾਡੀ ਜ਼ਮੀਨ ਸਾਨੂੰ ਓਲਾ ਕਰਤਾ ਗੋਰਿਆਂ ਨੇ, ਨੰਬਰ ਵਨ। ਫਿਰ ਉਹਨਾਂ ਨੇ ਕੀ ਕਿਹਾ ਕਿ ਜਿਹੜਾ ਓਲਡੈਸਟ ਚਾਈਲਡ ਹੈ ਨਾ, ਜਿਹੜਾ ਸਭ ਤੋਂ ਵੱਡਾ ਮੁੰਡਾ ਹੋਊਗਾ ਤੁਹਾਡੇ ਘਰ 'ਚ, ਜੋ ਇੰਗਲੈਂਡ ਵਿੱਚ ਅਜੇ ਵੀ ਰੂਲ ਹੈਗਾ ਕਿ ਉਹ ਤੋਂ ਹੀ ਜ਼ਮੀਨ ਜਾਂਦੀ ਆ, ਉਹ ਆਉਂਦੇ ਕਿ ਜੇ ਉਹ ਮਰ ਗਿਆ ਜਾਂ ਉਹਦਾ ਅੱਗੇ ਨਿਆਣਾ ਨਾ ਹੋਇਆ ਤਾਂ ਉਹ ਸਾਰੀ ਜ਼ਮੀਨ ਗੋਰਿਆਂ ਦੀ ਹੋ ਗਈ। ਇਹਤੋਂ ਉੱਠੀ ਪਗੜੀ ਸੰਭਾਲ ਲਹਿਰ, ਜਿਹੜੀ ਲੀਡ ਕੀਤੀ ਸਰਦਾਰ ਅਜੀਤ ਸਿੰਘ ਹੋਣਾਂ ਨੇ, ਅਤੇ ਲੀਡ ਤਾਂ ਐਸੀ ਕੀਤੀ ਕਿ ਉਹ ਐਕਟ ਵਾਪਸ ਕਰਾ ਦਿੱਤੇ। ਉਹ ਗੋਰਿਆਂ ਦੇ ਐਕਟ ਵਾਪਸ ਜੇ ਹੋ ਸਕਦੇ ਆ, ਜਿਹੜੇ ਸਾਡੇ ਕਿਸਾਨਾਂ ਦੇ ਖਿਲਾਫ ਉਹ ਐਕਟ ਸੀ, ਅਤੇ ਜਿਹੜਾ ਅੱਜ ਆ ਚਾਹ ਵੇਚਣ ਵਾਲਾ ਵਾ ਉਹਦੇ ਐਕਟ ਨਹੀਂ ਕਿਤੇ ਵਾਪਸ ਹੋ ਸਕਦੇ, ਜਾਂ ਜਿਹੜਾ ਅਹਿਮਦ ਸ਼ਾਹ ਆ ਇਹਦੇ ਐਕਟ ਨਹੀਂ ਵਾਪਸ ਹੋ ਸਕਦੇ, ਹੋ ਸਕਦੇ ਆ। ਸੋ ਦਿਲ ਨਾ ਛੱਡੋ, ਅਤੇ ਜਿਹੜੇ ਲੋਕ ਤੁਹਾਨੂੰ ਕਹਿੰਦੇ ਨਾ ਦਿਲ ਛੱਡਣ ਲਈ, ਉਹਨਾਂ ਨੂੰ ਜਵਾਬ ਦਿਓ ਅਤੇ ਯਾਦ ਕਰਾਓ ਤੁਹਾਡੀ ਹਿਸਟਰੀ ਕੀ ਆ, ਅਤੇ ਹਿਸਟਰੀ ਪੜ੍ਹਿਆ ਕਰੋ। ਸੋ ਐਕਟ ਵਾਪਸ ਹੋ ਸਕਦੇ ਆ। ਦੂਜੀ ਮੈਂ ਗੱਲ ਆ ਕਾਂਗਰਸ ਪਾਰਟੀ ਨੂੰ ਦੱਸਦਾ, ਤੁਹਾਡੀ ਜਿਹੜੀ ਪਾਰਟੀ ਹੈ ਨਾ, ਉਹਦੇ ਜਿਹੜੇ ਫਾਦਰ ਸੀ ਕਹਿ ਲਓ, ਜਾਂ ਜਿਹਨਾਂ ਨੇ ਉਹ ਪਾਰਟੀਆਂ ਬਣਾਈਆਂ, ਜਿਨ੍ਹਾਂ ਨੇ ਉਹ ਲੜਾਈਆਂ ਲੜੀਆਂ, ਉਹਨਾਂ ਵਿੱਚੋਂ ਜਵਾਹਰ ਲਾਲ ਨਹਿਰੂ, ਪੰਡਿਤ ਨਹਿਰੂ, ਉਹਨਾਂ ਦੀ ਹਿਸਟਰੀ ਤੁਹਾਨੂੰ ਦੱਸਦਾ। 1943 ਦੇ ਵਿੱਚ ਬਹੁਤ ਵੱਡਾ ਫੈਮਨ ਆਇਆ, ਭੁੱਖਮਰੀ ਆਈ ਬੰਗਾਲ ਦੇ ਵਿੱਚ, 3 ਮਿਲੀਅਨ ਲੋਕ ਮਰੇ ਉੱਥੇ। ਉਹ ਚੀਜ਼ ਕਰਕੇ ਸ਼ਾਇਦ ਇੰਡੀਆ ਨੂੰ ਆਜ਼ਾਦੀ ਮਿਲੀ, ਕਿਉਂਕਿ ਗੋਰਿਆਂ ਲਈ ਬਹੁਤ ਜ਼ਿਆਦਾ ਇੱਕ ਭਜਨਸ ਦਾ ਕੰਮ ਹੋ ਗਿਆ ਜਦੋਂ ਇੰਨੀ ਜ਼ਿਆਦਾ ਵੱਡਾ ਫੈਮਨ ਆਇਆ ਸੀ। ਆਜ਼ਾਦੀ ਮਿਲੀ, ਪੰਡਿਤ ਨਹਿਰੂ ਨੂੰ ਪਤਾ ਸੀ ਕਿ ਸਾਨੂੰ ਆਪਣੀ ਜਿਹੜੀ ਐਗਰੀਕਲਚਰ ਆ ਸਟਰੋਂਗ ਕਰਨਾ ਪੈਣਾ। ਲੋਕਾਂ ਨੂੰ ਲੱਗਦਾ ਕਿ ਉਹ ਸਦਾ ਜਿਹੜੀ ਆ ਇੰਡਸਟਰੀਅਲ ਸੀ ਉਹਦੇ ਵੱਲ ਉਹ ਧਿਆਨ ਰੱਖਦੇ ਸੀ, ਪਰ ਉਹਨਾਂ ਨੇ ਹਰ ਇੱਕ ਆਪਣੀ ਸਪੀਚ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਰੌਲਾ ਪਾਇਆ, ਉਹਨਾਂ ਨੇ ਕਿਹਾ ਕਿ ਸਾਡਾ ਐਗਰੀਕਲਚਰ ਸਟਰੋਂਗ ਹੋਣਾ ਚਾਹੀਦਾ। ਉਹਨਾਂ ਨੇ ਸਟਰੋਂਗ ਕੀਤਾ, ਆ ਜਿੰਨੇ ਆਪਣੇ ਬਿੱਲ ਆ, ਜੇ ਅੱਜ ਜਿਹੜੀ ਵੀ ਪੰਜਾਬ ਦੀ ਜਿਹੜੀ ਕਿਸਾਨੀ ਅੱਗੇ ਆਈ, ਗ੍ਰੀਨ ਰੈਵੋਲਿਊਸ਼ਨ ਹੋਇਆ, ਉਹ ਸਾਰਾ ਪੰਡਿਤ ਨਹਿਰੂ ਦੀ ਦੇਣ ਸੀ। ਪਹਿਲੀ ਗੱਲ ਉਹਨਾਂ ਨੇ ਗਰੀਬਾਂ ਨੂੰ ਤਕੜਿਆ ਕੀਤਾ, ਉਹਨਾਂ ਨੇ ਜਿਹੜੀ ਜਿਹੜੇ ਜ਼ਮੀਨ ਦੀ ਅਲੋਟਮੈਂਟ ਆ ਕਿ ਇੰਨੇ ਕਿੱਲੇ ਕਿਸੇ ਨੂੰ ਮਿਲ ਸਕਦੇ ਕਿ ਸਮਾਲ ਫਾਰਮਰ ਜ਼ਿੰਦਾ ਰਹੇ। ਉਹਨਾਂ ਨੂੰ ਪਤਾ ਵਾ ਕਿ 25% ਵਰਲਡ ਦਾ, ਨਾਟ ਜਸਟ ਇੰਡੀਆ ਦਾ, 25% ਫਾਰਮਰ ਵਰਲਡ ਦਾ ਇੰਡੀਅਨ ਆ। ਸੋ ਉਹਨਾਂ ਨੇ ਜੇ ਰੀਸਰਚ ਆ ਉਹ ਸਟਰੋਂਗ ਕੀਤੀ, ਯੂਨੀਵਰਸਿਟੀਆਂ ਬਣਾਈਆਂ ਰੀਸਰਚ ਵਿੱਚ, ਫਿਰ ਉਹਨਾਂ ਨੇ ਜਿਹੜਾ ਮਾਰਕੀਟ ਕਮੇਟੀਆਂ ਵਾ, ਜਿਹੜੀ ਆ ਮਿਨੀਮਲ ਪ੍ਰਾਈਸ ਦੀ ਗੱਲ ਚੱਲਦੀ, ਉਹ ਸਾਰੀਆਂ ਨਹਿਰੂ ਦੀ ਦੇਣ ਸੀ। ਅਤੇ ਆ ਜਿਹੜੇ ਕਾਂਗਰਸ ਦੇ ਜਿਹੜਾ ਜਿਹੜੇ ਆ ਰਾਹੁਲ ਆ,
ਪੱਪੂ ਵੀ ਕਹਿ ਲੈਂਦੇ ਉਹਨਾਂ ਨੂੰ ਰਿਸਪੈਕਟ ਦੇ ਨਾਲ, ਉਹਨਾਂ ਉਹ ਕਿਤੇ ਆਪਣੇ ਵੱਡੇ ਵਡੇਰਿਆਂ ਦੀਆਂ ਗੱਲਾਂ ਪੜ੍ਹ ਲੈਣ ਅਤੇ ਉਹ ਅੱਗੇ ਲੈ ਆਉਣ ਕੀ ਹੈ ਅਤੇ ਸਾਡੀ ਦੇਣ ਆ ਇੰਡੀਆ ਨੂੰ, ਅਸੀਂ ਅੱਗੇ ਹੋ ਕੇ ਇਹਨੂੰ ਬਚਾਉਣਾ ਫਾਰਮਰ ਨੂੰ। ਪਰ ਸੈਡਲੀ ਉਹ ਵੀ ਇਸ ਵੇਲੇ ਪਿੱਛੇ ਹਟ ਗਏ ਆ। ਗੱਲ ਉਹ ਤਾਂ ਕੀ ਕਰਨੀ ਆ, ਉਹ ਇਹ ਗੱਲਾਂ ਕਰਦੇ ਆ ਕਿ ਜੀ ਸਾਡੀਆਂ ਟ੍ਰੇਨਾਂ ਰੋਕਤੀਆਂ ਅਤੇ ਉਹ ਸਾਡੇ ਜਿਹੜੇ ਫੌਜੀ ਆ ਉਹਨਾਂ ਨੂੰ ਰੋਟੀ ਨਹੀਂ ਪਹੁੰਚਣ ਦੀ, ਪੰਜਾਬ ਦੀ ਬਿਜਲੀ ਖਤਮ ਹੋ ਜਾਣੀ ਆ। ਉਹ ਸਾਡੀਆਂ ਜਿਹੜੀਆਂ ਸਾਡੀ ਮੂਵਮੈਂਟ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕਰ ਰਿਹਾ ਇਸ ਵੇਲੇ। ਸੋ ਮੈਂ ਉਹਨਾਂ ਨੂੰ ਵੀ ਕਹਾਂ ਕਿ ਆਪਣਾ ਵੇਖੋ ਹੁਣ, ਇੱਥੋਂ ਤੱਕ ਕਿ ਚੀ ਗਵੇਰਾ, ਡਾਕਟਰ ਚੀ ਗਵੇਰਾ ਜਿਹੜਾ ਜਿਹਨੇ ਕਿਊਬਨ ਰੈਵੋਲਿਊਸ਼ਨ ਲੀਡ ਕੀਤਾ ਫਿਡੈਲ ਕੈਸਟਰੋ ਨਾਲ, ਜਦੋਂ ਉਹ ਇੰਡੀਆ ਆਏ ਸੀ, ਸ਼ਾਇਦ ਲੋਕਾਂ ਨੂੰ ਪਤਾ ਨਾ ਹੋਵੇ ਕਿ ਚੀ ਗਵੇਰਾ ਵੀ ਇੰਡੀਆ ਗਿਆ ਸੀ। ਔਰ ਜਿਹਨੂੰ ਚੀ ਦਾ ਨਹੀਂ ਪਤਾ, ਖਾਸ ਕਰਕੇ ਉਹ ਜਿਹੜੇ ਡਾਕਟਰ ਬਣਨਾ ਚਾਹੁੰਦੇ ਆ, ਉਹਨਾਂ ਨੂੰ ਮੈਂ ਕਹਾਂ ਕਿ ਚੀ ਬਾਰੇ ਜ਼ਰੂਰ ਪੜ੍ਹੋ ਕਿ ਡਾਕਟਰ ਹੋਣਾ ਕੀ ਚਾਹੀਦਾ ਜਾਂ ਇੱਕ ਪ੍ਰੋਫੈਸ਼ਨਲ ਨੂੰ ਕੀ ਹੋਣਾ ਚਾਹੀਦਾ, ਉਹ ਚੀ ਤੋਂ ਪਤਾ ਲੱਗਦਾ। ਸੋ ਜਦੋਂ ਚੀ ਇੰਡੀਆ ਗਿਆ ਸੀ ਨਾ, ਅਤੇ ਚੀ ਜਦੋਂ ਇੰਡੀਆ ਗਿਆ, ਨਹਿਰੂ ਨੂੰ ਮਿਲਿਆ, ਨਾਲ ਨਹਿਰੂ ਸਾਹਿਬ ਦੇ ਸਾਰੀ ਜਿਹੜੀ ਉਹ ਆਪਣੇ ਜਿਹੜੀ ਉਹਨਾਂ ਦੀ ਕਮੇਟੀ ਸੀ ਉਹਨਾਂ ਨੂੰ ਮਿਲਿਆ, ਉਹਨਾਂ ਨੇ ਕਾਫੀ ਉੱਥੇ ਵਿਜ਼ਿਟ ਕੀਤਾ, ਫਿਰ ਵਾਪਸ ਆ ਕੇ ਚੀ ਨੇ ਜਦੋਂ ਫਿਡੈਲ ਨਾਲ ਗੱਲ ਕੀਤੀ, ਆ ਕੇ ਆਪਣੀ ਪ੍ਰੈਸ ਕਾਨਫਰੰਸ ਰੱਖੀ, ਉਹਨਾਂ ਨੇ ਪਹਿਲਾਂ ਤਾਂ ਇੰਡੀਆ ਬਾਰੇ ਬੱਲੇ ਬੱਲੇ ਕਿਹਾ, ਫਿਰ ਉਹਨਾਂ ਨੇ ਇਹ ਕਿਹਾ ਕਿ ਇੰਡੀਆ ਇੱਕ ਇੰਨਾ ਸੋਹਣਾ ਦੇਸ਼ ਆ ਜਿੱਥੇ ਫਾਰਮਰਸ ਦੀ ਰਿਸਪੈਕਟ ਆ, ਸਾਨੂੰ ਇੰਡੀਆ ਵਰਗੂ ਫੋਲੋ ਕਰਨਾ ਚਾਹੀਦਾ, ਉਹਨਾਂ ਦੀ ਜਿਹੜੀ ਰਿਸਰਚ ਆ ਕਿਸਾਨੀ ਦੇ ਵਿੱਚ, ਉਹ ਉਹਨਾਂ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਕਿੰਨਾ ਲੀਡ ਕਰ ਰਿਹਾ ਵਾ ਕਿ ਅਸੀਂ ਕਿਸਾਨਾਂ ਨੂੰ ਸਟਰੋਂਗ ਕਰਨਾ ਚਾਹੁੰਦੇ ਹਾਂ। ਸੋ ਇੱਥੋਂ ਤੱਕ ਕਿ ਚੀ ਗਵੇਰਾ ਜਾਂ ਫਿਡੈਲ ਕੈਸਟਰੋ ਜਿਹੜੇ ਦੁਨੀਆ ਦੇ ਵਿੱਚ ਇੱਕ ਰੈਵੋਲਿਊਸ਼ਨਰੀਜ਼ ਹੋਏ ਆ ਜਾਂ ਜਿਨ੍ਹਾਂ ਨੇ ਇੱਕ ਨਵੀਂ ਕ੍ਰਾਂਤੀ ਲਿਆਂਦੀ ਆ, ਉਹ ਵੀ ਇੰਡੀਆ ਦੇ ਪ੍ਰਧਾਨ ਮੰਤਰੀ ਨੂੰ ਉਦੋਂ ਮੰਨਦੇ ਸੀ ਕਿ ਇਹ ਬੰਦਾ ਸਹੀ ਕਰਨ ਦਿਆ। ਹੁਣ ਉੱਦਾਂ ਹੀ ਬਾਅਦ 'ਚ ਪਿਛਲੇ ਹਫ਼ਤੇ ਆਪਾਂ ਲਾਲ ਬਹਾਦਰ ਸ਼ਾਸਤਰੀ ਜੀ ਦੀ ਗੱਲ ਕੀਤੀ ਆ, ਹੁਣ ਪ੍ਰੋਬਲਮ ਸ਼ਾਇਦ ਇਹੋ ਹੀ ਆ ਕਿ ਕਿੱਥੇ ਸਾਡੇ ਪ੍ਰਧਾਨ ਮੰਤਰੀ ਸੀ ਜਵਾਹਰ ਲਾਲ ਨਹਿਰੂ ਵਰਗੇ, ਸ਼ਾਸਤਰੀ ਜੀ ਵਰਗੇ ਜਾਂ ਮਨਮੋਹਨ ਸਿੰਘ ਵਰਗੇ ਵੀ, ਅਤੇ ਹੁਣ ਕਿੱਥੇ, ਹੁਣ ਚਾਹ ਵਾਲਾ ਸਾਡਾ ਪ੍ਰਧਾਨ ਮੰਤਰੀ। ਅਤੇ ਸਾਨੂੰ ਬੜਾ ਪ੍ਰਾਊਡ ਹੁੰਦਾ, ਮੈਨੂੰ ਹੈਰਾਨਗੀ ਹੁੰਦੀ ਆ ਉਹ ਲੋਕਾਂ ਤੋਂ ਜਿਹੜੇ ਇਹ ਚੀਜ਼ 'ਚ ਪ੍ਰਾਊਡ ਕਰਦੇ ਆ ਕਿ ਸਾਡਾ ਚਾਹ ਵਾਲਾ ਪ੍ਰਧਾਨ ਮੰਤਰੀ ਆ। ਇਸ ਲਈ ਤਾਂ ਅੱਜ ਆਹ ਪ੍ਰੋਬਲਮ ਆਉਂਦੀ ਆ, GDP ਡਾਊਨ ਹੋ ਗਈ। ਇੱਦਾਂ ਹੀ ਸਾਡੇ ਪੋਲੀਟੀਸ਼ਨ ਆ ਪੰਜਾਬ ਦੇ ਵਿੱਚ ਅੱਧੇ ਅਨਪੜ੍ਹ ਗਵਾਰ, ਮੈਂ ਨਹੀਂ ਕਹਿੰਦਾ ਅਨਪੜ੍ਹ ਗਵਾਰ ਕੋਈ ਪੋਲੀਟੀਸ਼ਨ ਨਹੀਂ ਬਣ ਸਕਦਾ, ਪਰ ਯਾਰ ਕੋਈ ਰੱਖੋ ਤਾਂ ਸਹੀ ਅੱਗੇ। ਔਰ ਚਲੋ ਆਪਾਂ ਇਹ ਚੀਜ਼ਾਂ ਦੇ ਉੱਪਰ ਹੀ ਡਿਸਕਸ ਕਰਦੇ ਹਾਂ ਅੱਗੇ, ਪਰ ਪਹਿਲਾਂ ਇੰਟਰੋਡਿਊਸ ਕਰਦੇ ਹਾਂ ਅੱਜ ਦਾ ਗੈਸਟ ਡਾਕਟਰ ਬੈਂਸ, ਜੋ ਕਿ ਡੈਂਟਿਸਟ ਨੇ ਪੰਜਾਬ ਦੇ ਵਿੱਚ, ਪਰ ਡੈਂਟਿਸਟ ਤੋਂ ਵੱਧ ਸੋਸ਼ਲ ਐਕਟਿਵਿਸਟ ਵੀ ਨੇ। ਜਦੋਂ ਮੈਂ ਪੰਜਾਬ ਜਾਂਦਾ, ਮੈਂ ਉਹਨਾਂ ਨੂੰ ਜ਼ਰੂਰ ਮਿਲਦਾ, ਜੇ ਸਾਡੇ ਭਾਵੇਂ ਕੈਂਪਾਂ ਦੀ ਚੀਜ਼ ਹੁੰਦੀ ਹੈ ਜਾਂ ਕੋਈ ਵੀ ਮੇਰਾ ਸੋਸ਼ਲ ਇਸ਼ੂ ਹੁੰਦਾ ਜਿਹੜਾ ਮੈਂ ਡਿਸਕਸ ਕਰਨਾ ਹੁੰਦਾ, ਮੈਂ ਉਹਨਾਂ ਨਾਲ ਡਿਸਕਸ ਕਰਦਾ। ਸੋ ਵੈਲਕਮ ਡਾਕਟਰ ਬੈਂਸ ਟੂ ਦ ਸ਼ੋ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਵੈਮਨ, ਨਾਈਸ ਟੂ ਸੀ। ਹਾਂਜੀ, ਸੋ ਡਾਕਟਰ ਬੈਂਸ ਸ਼ੁਰੂ ਕਰਦੇ ਹਾਂ ਸ਼ੋ, ਅਤੇ ਥੋੜ੍ਹਾ ਜਿਹਾ ਸਾਨੂੰ ਦੱਸੋ, ਅੱਜ ਤੁਸੀਂ ਸ਼ੰਭੂ ਬਾਰਡਰ ਤੋਂ ਵੀ ਹੋ ਕੇ ਆਏ ਜੋ, ਕੀ ਆ ਸਥਿਤੀ ਪੰਜਾਬ 'ਚ, ਗਰਮ ਆ, ਸਰਦ ਆ, ਕੀ ਆ ਫੀਲਿੰਗ ਆ ਜਿਹੜਾ ਐਂਟੀ ਫਾਰਮਰ ਬਿੱਲ ਆ ਉਹਦੇ ਬਾਰੇ? ਪੰਜਾਬ ਦਾ ਜੇ ਆਪਾਂ ਇਦਾਂ ਦੇ ਮੁਹਿੰਮਾਂ ਦੀ ਗੱਲ ਕਰੀਏ ਜਿੰਨਾ ਕਿ ਅਸੀਂ ਬਜ਼ੁਰਗਾਂ ਤੋਂ ਸੁਣਿਆ ਜਾਂ ਪੜ੍ਹਿਆ ਆ, ਤੇ ਪਹਿਲੀ ਵਾਰੀ ਇਹ ਹੋਇਆ ਕਿ ਅਸੀਂ ਇੱਕ ਐਸਾ ਮਾਹੌਲ ਜਿਹੜਾ ਆ ਉਹ ਆਪ ਵੇਖਦੇ ਪਏ ਆ ਜਿਹੜਾ ਕਿ ਕੋਈ ਇਤਿਹਾਸਿਕ ਲੱਗ ਰਿਹਾ ਹੈ। ਔਰ ਉਹਦੇ ਵਿੱਚ ਇੱਕ ਕੁਛ ਚੀਜ਼ਾਂ ਜਿਹੜੀਆਂ ਨਿਕਲ ਕੇ ਆਉਂਦੀਆਂ, ਇੱਕ ਏਕੇ ਦੀ ਭਾਵਨਾ, ਇੱਕ ਪੰਜਾਬੀਅਤ ਦੀ ਭਾਵਨਾ, ਇੱਕ ਅਲੱਗ ਅਲੱਗ ਵਰਗਾਂ ਦੇ ਇੱਕ ਮੰਚ ਤੇ ਆਉਣ ਦੀ ਭਾਵਨਾ, ਤੇ ਸਾਰਿਆਂ ਨਾਲੋਂ ਵੱਡੀ ਗੱਲ ਪੋਲੀਟੀਕਲ ਲੀਡਰਾਂ ਤੋਂ ਦੂਰ ਰਹਿ ਕੇ ਮੁਹਿੰਮ ਨੂੰ ਤੇਜ਼ ਕਰਨ ਦੀ ਭਾਵਨਾ। ਜੇ ਪਿਛੋਕੜ 'ਚ ਜਾਈਏ ਤੇ ਜਿਹੜੀਆਂ ਮੁਹਿੰਮਾਂ ਆ ਉਹ ਬਿਨਾਂ ਲੀਡਰਾਂ ਤੋਂ ਉੱਠੀਆਂ ਨੇ। ਇਸ ਵਾਰ ਫਿਰ ਇਹੋ ਜਿਹਾ ਮਾਹੌਲ ਦੇਖਣ ਨੂੰ ਮਿਲਿਆ ਜਦੋਂ ਆਪ ਮੁਹਾਰੇ ਲੋਕਾਂ ਨੇ, ਚਾਹੇ ਕੋਈ ਇਕੱਲਾ ਖੜਾ ਕਿਤੇ, ਕੋਈ 10 ਜਾਣੇ ਖੜੇ ਆ, ਔਰ ਪੂਰੇ ਪੰਜਾਬ ਦੇ ਵਿੱਚ। ਔਰ ਸਭ ਤੋਂ ਸੋਹਣੀ ਗੱਲ ਇਹ ਆ ਵੀ ਇਹ ਜਿਹੜੇ ਮੋਰਚੇ ਆ ਲਗਾਤਾਰ ਚਲਾਏ ਜਾ ਰਹੇ ਆ ਦਿਨ ਰਾਤ, ਔਰ ਇਹ ਸੜਕਾਂ ਰੋਕ ਕੇ ਨਹੀਂ, ਉਲਟਾ ਸੜਕਾਂ ਦੇ ਕੰਢੇ ਤੇ ਸਾਰੇ ਮੋਰਚੇ ਆ, ਤਾਂ ਕਿ ਵੱਧ ਤੋਂ ਵੱਧ ਲੋਕ ਨਾਲ ਜੁੜਨ ਤੇ ਵੇਖ ਸਕਣ ਕਿ ਪੰਜਾਬ ਕਿਹੜੇ ਮਾਹੌਲ ਚੋਂ ਨਿਕਲਦਾ ਪਿਆ। ਮੈਨੂੰ ਲੱਗਦਾ ਡਾਕਟਰ ਬੈਂਸ, ਇਕੱਲਾ ਪੰਜਾਬ ਨਹੀਂ ਹੈ ਤੇ ਇੰਡੀਆ ਦਾ, ਇਹ ਤਾਂ ਕਿਸਾਨੀ ਵਿਸ਼ਾ ਇਕੱਲਾ ਪੰਜਾਬ 'ਤੇ ਨਹੀਂ ਸੀਮਤ ਹੈ, ਤੇ ਸਾਰੇ ਜਿਹੜੇ ਹੁਣ ਮੈਨੂੰ ਪਤਾ ਜਿਹੜਾ ਨੈਸ਼ਨਲ ਮੀਡੀਆ ਇੰਡੀਆ ਦਾ ਅੱਜ ਤੱਕ NDTV ਹੈ, ਕਵਰ ਕੁਵਰ ਨਹੀਂ ਕਰ ਰਹੇ ਇਹ ਚੀਜ਼ਾਂ ਨੂੰ, ਚਾਹੀਦਾ ਉਹਨਾਂ ਨੂੰ ਕਵਰ ਕਰਨਾ। ਅਤੇ ਜਿੱਥੋਂ ਤੀਕਰ ਹਰਿਆਣੇ ਦੀ ਗੱਲ ਆ, UP ਦੀ ਗੱਲ ਆ, ਸਾਰਾ ਨੌਰਥ ਜਾਂ ਸਾਊਥ ਵਿੱਚ ਕਿਸਾਨ ਇਹ ਇਕੱਲਾ, ਆਈ ਥਿੰਕ ਇਹ ਥੋੜ੍ਹਾ ਜਿਹਾ ਇਸ਼ੂ ਵੀ ਆ ਕਿ ਲੋਕਾਂ ਨੂੰ ਲੱਗਦਾ ਇਹ ਸਿੱਖਾਂ ਦਾ ਇਸ਼ੂ ਆ, ਨਾ ਇਹ ਸਿੱਖਾਂ ਦਾ ਇਸ਼ੂ ਆ, ਨਾ ਇਹ ਜੱਟਾਂ ਦਾ ਇਸ਼ੂ ਆ, ਇਹ ਕਿਸਾਨਾਂ ਦਾ ਇਸ਼ੂ ਆ। ਅਤੇ ਕਿਸਾਨ ਜਿਹੜੇ ਆ ਉਹ 50% ਵਰਕਿੰਗ ਕਲਾਸ ਇੰਡੀਆ ਦੀ ਕਿਸਾਨ ਆ। ਸੋ ਇਹ ਸਾਰੇ ਸਾਡੇ ਸਾਰਿਆਂ ਦਾ ਇਸ਼ੂ ਆ। ਬਾਕੀ ਡਾਕਟਰ ਬੈਂਸ, ਅਸੀਂ ਇੱਥੇ ਬਾਹਰ ਬੈਠੇ ਹਾਂ, ਹੁਣ ਮੈਂ ਡਾਕਟਰ ਹਾਂ, ਤੁਸੀਂ ਡਾਕਟਰ ਹੋ, ਇੱਦਾਂ ਹੀ ਸਾਡੇ ਇੱਥੇ ਇੰਜੀਨੀਅਰ ਆ ਜਾਂ ਬੜੇ ਸੈੱਟ ਲੋਕ ਆ, ਗੈਸ ਸਟੇਸ਼ਨਾਂ ਵਾਲੇ ਓਨਰ ਆ, ਉਹ ਵੀ ਇਨਵੋਲਵ ਹੋਣਾ ਚਾਹੁਣ, ਕਿਉਂਕਿ ਇਹ ਜੇ ਚੀਜ਼ ਨੂੰ ਅਸੀਂ ਰੋਕਿਆ ਨਾ ਤਾਂ ਸਾਡਾ ਪੰਜਾਬ ਖਤਮ ਆ। ਮੇਰੀ ਫੀਲਿੰਗ ਆ, ਤੁਹਾਡੀ ਫੀਲਿੰਗ ਸ਼ਾਇਦ ਡਿਫਰੈਂਟ ਹੋਵੇ, ਪਰ ਮੈਨੂੰ ਲੱਗਦਾ ਸੇਮ ਆ। ਉਹ ਕਿੱਦਾਂ ਇਨਵੋਲਵ ਹੋ ਸਕਦੇ ਜੇ ਉਹ ਇਨਵੋਲਵ ਹੋਣਾ ਚਾਹੁਣ ਤੇ? ਬਹੁਤ, ਤੁਸੀਂ ਬਹੁਤ ਸੋਹਣੀ ਗੱਲ ਕੀਤੀ ਕਿ ਇਹ ਮੁੱਦਾ ਇਕੱਲੇ 3 ਕਿਸਾਨੀ ਬਿੱਲਾਂ ਦਾ ਨਾ ਹੋ ਕੇ ਇਹ ਕਿਸਾਨ ਦੀ
ਜਾਂ ਪੰਜਾਬੀ ਇੱਤ ਦੀ ਹੋਂਦ ਦਾ ਮੁੱਦਾ ਆ, ਚਾਹੇ ਆਪਾਂ ਸਿੰਧੂ ਘਾਟੀ ਦੀ ਸਭਿਅਤਾ ਨਾਲ ਲੈ ਕੇ ਚੱਲੀਏ ਤੇ ਉਦੋਂ ਦੀ, ਉਸ ਤੋਂ ਪਹਿਲਾਂ ਦੀ, ਕਿਤੇ ਸਾਡੇ ਬਜ਼ੁਰਗ ਵਾਹੀ ਕਰਦੇ ਆਉਂਦੇ ਆ, ਫਿਰ ਪੰਜਾਬ ਦਾ ਬੜਾ ਲੰਬਾ ਚੌੜਾ ਇਤਿਹਾਸ ਆ। ਪਹਿਲੀ ਵਾਰ ਇਹ ਹੋਇਆ ਵੀ ਇੱਕ ਕਿੱਤਾ ਖੋਣ ਦੀ ਵੀ ਜਿਹੜੀ ਇਹ ਇਸ ਵੇਲੇ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ। ਔਰ ਜਿਹੜੇ ਸਮੂਹ ਪੰਜਾਬੀ ਕੁੱਲ ਦੁਨੀਆਂ 'ਚ, ਮੈਂ ਇੱਕ ਪਰਿਵਾਰ ਮੰਨਦਾ, ਪੰਜਾਬੀ ਕਿਤੇ ਵੀ ਚਲੇ ਜਾਣ, ਸਾਡਾ ਪੰਜਾਬ ਵੱਡ ਵੀ ਬਹੁਤ ਹੋਇਆ ਤੇ ਪੰਜਾਬ ਵਧਿਆ ਵੀ ਬਹੁਤ ਆ। ਔਰ ਜਿੰਨਾ ਪੰਜਾਬੀ ਦੂਰ ਗਏ ਆ, ਉਨਾ ਉਹਨਾਂ ਦੀ ਜਿਹੜੀ ਤੜਪ ਆ ਪੰਜਾਬ ਦੇ ਲਈ ਵੱਧਦੀ ਚਲੇ ਜਾਂਦੀ ਹੈ, ਉਹ ਜਿੰਨੇ ਕਿਲੋਮੀਟਰ ਦੂਰ ਹੁੰਦੇ ਆ। ਔਰ ਇੱਕ ਬੜੀ ਕੈਲਗਰੀ ਦੇ ਵਿੱਚ ਜਾਂ ਯੂਬਾ ਸਿਟੀ ਜਾਂ ਫ੍ਰਿਜ਼ਨੋ ਦੇ ਵਿੱਚ, ਉੱਥੇ ਕਿਸਾਨਾਂ ਨੇ ਇਕੱਠੇ ਹੋ ਕੇ ਹਾਹ ਦਾ ਨਾਰਾ ਜਿਹੜਾ ਮਾਰਿਆ ਆ, ਆਪਣੀ ਆਵਾਜ਼ ਬੁਲੰਦ ਕੀਤੀ ਆ। ਔਰ ਉਹ ਸਾਡੇ ਲਈ, ਇੱਥੇ ਰਹਿੰਦੇ ਹੋਏ ਪੰਜਾਬ ਦੇ ਲਈ, ਇਹ ਬਹੁਤ ਵੱਡਾ ਇੱਕ ਇੱਕ ਬਹੁਤ ਵੱਡਾ ਹੌਸਲਾ ਇੱਕ ਦੂਸਰੇ ਤੋਂ ਮਿਲਦਾ, ਉਹਨਾਂ ਤੋਂ ਇੱਕ ਇੰਸਪੀਰੇਸ਼ਨ ਮਿਲਦੀ ਆ ਉਹਨਾਂ ਬਜ਼ੁਰਗਾਂ ਤੋਂ। ਔਰ ਉਹ ਬਜ਼ੁਰਗਾਂ ਦੀ ਇੰਸਪੀਰੇਸ਼ਨ ਸਾਡੇ ਜਿਹੜੇ ਇੱਥੋਂ ਦੇ ਯੰਗ ਨਿਆਣੇ ਆ, ਨਵੇਂ ਬੱਚੇ ਆ, 12-12 ਸਾਲ ਦੇ ਬੱਚੇ, 5-5 ਸਾਲ ਦੇ ਬੱਚੇ ਵੀ ਆ ਇਸ ਵੇਲੇ ਪੰਜਾਬ ਦੇ ਪ੍ਰੋਟੈਸਟ ਦੇ ਵਿੱਚ ਹਿੱਸਾ ਲੈਣ ਡਿਆ, ਕੋਈ ਲੰਗਰ ਵਰਤਾਉਣ ਡਿਆ ਜਾਂ ਕੋਈ ਹੋਰ ਸੇਵਾ ਕਰਦਾ ਪਿਆ ਆ। ਔਰ ਇਹ ਜਿਹੜੀ ਲੜੀ ਆ, ਇਹ ਬਹੁਤ ਸੋਹਣੀ ਚੱਲੀ ਆ, ਔਰ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਾਇਦ ਜੇਤੂ ਹੋਣ ਵੱਲ ਇਹ ਇਸੇ ਤਰ੍ਹਾਂ ਜ਼ਰੂਰ ਵਧੂਗੀ, ਇਹ ਮੇਰਾ ਯਕੀਨ ਹੈ। ਯਾ ਆਈ ਥਿੰਕ ਮੇਰੀ ਤਾਂ ਆਪ, ਮੈਂ ਵੀ ਇਹੋ ਹੀ ਸੋਚਦਾ ਕਿ ਚਲੋ ਜੇ ਤੁਸੀਂ ਕੁਛ ਨਹੀਂ ਕਰ ਸਕਦੇ, ਹੁਣ ਜੇ ਮੈਂ ਡਾਕਟਰਾਂ ਨਾਲ ਗੱਲ ਕਰਦਾ, ਮੈਂ 100 ਡਾਕਟਰਾਂ ਨਾਲ ਗੱਲ ਕੀਤੀ ਪਿਛਲੇ ਹਫ਼ਤੇ ਕਿ ਉਹਨਾਂ ਨੂੰ ਐਟਲੀਸਟ ਦੱਸਾਂ ਫਾਰਮਰਸ ਬਿੱਲ ਕਿਉਂ ਗਲਤ ਆ, ਰਾਈਟ? ਉਹ 100 ਲੋਕਾਂ ਨੇ ਆਪਣੇ ਘਰਾਂ 'ਚ ਗੱਲ ਕੀਤੀ, ਉਹਨਾਂ ਨੇ ਅੱਗੇ 100 ਨਾਲ ਗੱਲ ਕੀਤੀ ਹੋਊਗੀ। ਸੋ ਐਟਲੀਸਟ ਹੋਰ ਨਹੀਂ ਕੁਛ ਕਰਨਾ ਆਪਣੇ ਸੋਸ਼ਲ ਮੀਡੀਆ ਤੋਂ, ਜਾਂ ਐਟਲੀਸਟ ਉਹਦੇ ਬਾਰੇ ਗੱਲ ਤਾਂ ਕਰੋ। ਔਰ ਬਾਕੀ ਮੈਂ ਉਹ ਲੋਕਾਂ ਨੂੰ ਵੀ ਰੀਚ ਆਊਟ ਕਰਨਾ ਚਾਹੁੰਦਾ ਜਿਹੜੇ ਜਦੋਂ ਮਨਮੋਹਨ ਸਿੰਘ ਆਉਂਦਾ ਹੁੰਦਾ ਸੀ ਇੱਥੇ ਅਮੈਰੀਕਾ, ਅਤੇ ਸ਼ੂਜ਼ ਲੈ ਕੇ ਪਹੁੰਚ ਜਾਂਦੇ, ਜੁੱਤੀਆਂ ਲੈ ਕੇ ਪਹੁੰਚ ਜਾਂਦੇ ਸੀ ਕਿ ਇਹ ਜੀ ਸਾਡਾ ਸਰਦਾਰ ਨਹੀਂ, ਅਸਲੀ ਨਹੀਂ ਆ, ਯੇ ਵੋ, ਉਹ ਕਿੱਥੇ ਆ ਇਸ ਵੇਲੇ? ਉਹ ਕਿਉਂ ਨਹੀਂ ਤੁਸੀਂ ਇੱਥੇ ਅੰਬੈਸੀਆਂ ਨਿਊਯਾਰਕ 'ਚ ਘੇਰਦੇ, ਇੱਥੇ ਆਪਣੀ DC ਦੀ ਅੰਬੈਸੀ ਕਿਉਂ ਨਹੀਂ ਘੇਰਦੇ? ਕਿਉਂਕਿ ਇਸ਼ੂ ਆ, ਪੰਜਾਬ ਦਾ ਇਸ਼ੂ ਆ, ਇੰਡੀਆ ਦਾ ਇਸ਼ੂ ਆ। ਬਾਕੀ ਡਾਕਟਰ ਮੈਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਇੱਦਾਂ ਹੀ ਜਾਰੀ ਰੱਖਾਂਗੇ। ਵੈਲਕਮ ਬੈਕ। ਚਲੋ ਜਾਰੀ ਰੱਖਦੇ ਹਾਂ ਆਪਣੀ ਗੱਲਬਾਤ ਡਾਕਟਰ ਬੈਂਸ ਨਾਲ। ਸੋ ਡਾਕਟਰ ਬੈਂਸ, ਵਟ ਅਬਾਊਟ ਆ ਜਿਹੜੀਆਂ ਪੋਲੀਟੀਕਲ ਪਾਰਟੀਆਂ ਵਾ, ਸ਼੍ਰੋਮਣੀ ਅਕਾਲੀ ਦਲ ਹੋਈ ਜਾਂ ਕਾਂਗਰਸ ਹੋਈ, ਆਪ ਹੋਈ, ਕਿਉਂਕਿ ਮੈਨੂੰ ਜਿੱਥੋਂ ਤੱਕ ਪਤਾ ਲੱਗਾ ਸੀ ਕਿ ਇੱਥੋਂ ਤੱਕ ਕਿ RSS ਦਾ ਜਿਹੜਾ ਫਾਰਮਰਸ ਦੇ ਗਰੁੱਪ ਆ, ਉਹ ਵੀ ਇਹ ਚੀਜ਼ ਦੇ ਖਿਲਾਫ਼ ਆ ਜੋ ਹੋ ਰਿਹਾ, ਕਿਉਂਕਿ ਉਹ ਵੀ ਆਉਂਦੇ ਆ ਕਿ ਇਹ ਚੀਜ਼ ਫਾਰਮਰਸ ਦੀ ਗਲਤ ਆ। ਬਾਕੀ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਜਿੱਦਾਂ ਪਾਰਟੀਆਂ ਇਕੱਠੀਆਂ ਹੋਈਆਂ, ਜਿੱਦਾਂ ਆਪਣੇ ਉਹ ਯੂਨੀਅਨਸ ਆ, 31 ਯੂਨੀਅਨ ਸੀ, 30 ਰਹਿ ਗਈਆਂ, ਉਹ ਇੱਕ ਜਿਹੜਾ ਵਿੱਚੋਂ ਨਿਕਲ ਗਿਆ, ਬੜੀ ਵੱਡੀ ਗੱਲ ਆ। ਆਈ ਥਿੰਕ ਬੜੀ ਸ਼ਾਨਦਾਰ ਗੱਲ ਆ ਪੰਜਾਬ ਲਈ ਕਿ ਜਦੋਂ ਇਕੱਠੀਆਂ ਯੂਨੀਅਨਸ ਹੋਈਆਂ। ਮੈਂ ਉਹਨਾਂ ਨੂੰ ਰਿਸਪੈਕਟ ਦਿੰਦਾ ਅਤੇ ਕੰਗ੍ਰੈਜੂਲੇਟ ਕਰਦਾ ਜੋ ਕੰਮ ਹੋਇਆ। ਬਾਕੀ ਵਟ ਅਬਾਊਟ ਪੋਲੀਟੀਕਲ ਪਾਰਟੀਜ਼, ਇਹਨਾਂ ਦਾ ਕੀ ਸਟੈਂਡ ਆ ਸਾਰੀਆਂ ਪਾਰਟੀਆਂ ਦਾ, ਦੱਸੋਗੇ ਉਹਨਾਂ ਬਾਰੇ? ਇਹ ਪੋਲੀਟੀਕਲ ਪਾਰਟੀਜ਼ ਦਾ ਇੱਦਾਂ ਆ ਵੀ ਇਸ ਵੇਲੇ ਆਪਣਾ ਸਾਰੀ ਜਿਹੜੀ ਪ੍ਰੋਬਲਮ ਆ, ਇੱਕ ਸੈਂਟਰ ਦੀ ਪੋਲੀਟੀਕਲ ਰੂਲਿੰਗ ਪਾਰਟੀ ਆ ਤੇ ਇੱਕ ਪੰਜਾਬ ਦੇ ਵਿੱਚ ਰੂਲਿੰਗ ਪਾਰਟੀ ਆ। ਇਹਨਾਂ ਦੋਨਾਂ ਦਾ ਐਟੀਟਿਊਡ ਪਿਛਲੇ ਕੁਛ ਸਮੇਂ ਤੋਂ ਇੱਦਾਂ ਰਿਹਾ ਵੀ ਜਦੋਂ ਦਾ ਕਰੋਨਾ ਪੈਂਡੈਮਿਕ ਸ਼ੁਰੂ ਹੋਇਆ, ਇਹਨਾਂ ਨੇ ਇਸ ਚੀਜ਼ ਨੂੰ ਇੱਕ ਓਪਰਚੁਨਿਟੀ ਲਿਆ, ਜਿਵੇਂ ਕਿ ਆਪਾਂ ਸੁਣਿਆ ਸੀ, ਆਪਾਂ ਪੜ੍ਹਦੇ ਸੀ ਲਿਟਰੇਚਰ ਦੇ ਵਿੱਚ ਕਿ ਜਦੋਂ ਕੋਈ ਤ੍ਰਾਸਦੀ ਕਰੋਪੀ ਕੁਦਰਤੀ ਆਉਂਦੀ ਆ ਤੇ ਕਈ ਸਭਿਅਤਾਵਾਂ ਨੂੰ ਖਤਰਾ ਹੋ ਜਾਂਦਾ ਆ, ਉਸੇ ਤਰ੍ਹਾਂ ਜਿਹੜੇ ਮਾੜੇ ਮੁਲਕ ਆ ਉਹ ਵੀ ਜਿਵੇਂ ਹੁਣ ਆਪਣੇ ਗੁਆਂਢੀ ਨੂੰ ਤੰਗ ਕਰਦੇ ਆ, ਇਹਨਾਂ ਨੇ ਉਹੀ ਕੀਤਾ ਜੋ ਚਾਈਨਾ ਨੇ ਇੰਡੀਆ ਬਾਰਡਰ ਤੇ ਕੀਤਾ। ਚਾਈਨਾ ਨੇ ਆਪਣੀ ਨਫ਼ਰੀ ਉੱਧਰ ਲਾ ਦਿੱਤੀ ਇੰਡੀਆ ਦੇ ਨਾਲ ਵੀ, ਇਹ ਮੌਕਾ ਆ, ਚਲੋ ਇੱਥੇ ਥੋੜ੍ਹਾ ਬਹੁਤਾ ਗਰਮ ਜੋਸ਼ੀ ਵਿਖਾਉਂਦੇ ਆ। ਪਰ ਸਾਡੇ ਨਾਲ ਉਹ ਚੀਜ਼ ਕਾਂਗਰਸ ਨੇ ਵੀ ਕੀਤੀ, ਚੰਡੀਗੜ੍ਹੋਂ ਕੈਪਟਨ ਅਮਰਿੰਦਰ ਸਿੰਘ ਨੇ, ਉਹ ਚੀਜ਼ ਮੋਦੀ ਨੇ ਵੀ ਕੀਤੀ। ਮੋਦੀ ਨੇ ਦੇਖਿਆ ਵੀ ਇਹ ਓਪਰਚੁਨਿਟੀ ਆ ਵੀ ਅਸੀਂ ਆਪਣੇ 2-4 ਪਰਿਵਾਰਾਂ ਨੂੰ ਫਾਇਦਾ ਦੇਣ ਲਈ, ਜਿਹੜੇ ਕਿ ਫਰੈਂਡਸ ਇਨ ਪੋਲਿਟਿਕਸ ਹੁੰਦੇ ਆ, ਅਦਾਨੀਜ਼ ਹੋ ਗਏ, ਅੰਬਾਨੀਜ਼ ਹੋ ਗਏ, ਜਿਹਨਾਂ ਨੂੰ ਅੱਗੇ ਵੀ ਫਾਇਦਾ ਦਿੱਤਾ, ਵੀ ਕੋਈ ਲਾਅ ਬਣਾਈਏ ਤੇ ਇਹਨਾਂ ਦੀ ਮਨੋਪਲੀ ਆਪਾਂ ਕਰ ਦਈਏ। ਹਾਲਾਂਕਿ ਭਾਰਤ ਦੇ ਲਈ ਬਹੁਤ ਵੱਡੀ ਸੱਟ ਹੋ ਸਕਦੀ ਆ, ਸਾਡਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ, ਜਿਹੜਾ ਅਨਾਜ ਭੰਡਾਰ ਕਰਨਾ ਤੇ ਵੰਡਣਾ ਇੱਕ ਪ੍ਰਾਈਵੇਟ ਬੰਦੇ ਦੇ ਹੱਥ ਤੇ ਚਲਾ ਗਿਆ, ਤੇ ਉਹ ਬੰਗਾਲ ਵਾਲੀ ਸਿਚੁਏਸ਼ਨ ਨਾ ਦੁਬਾਰਾ ਕਿਸੇ ਵੇਲੇ ਵੀ ਆ ਸਕਦੀ ਆ। ਤੇ ਇਸੇ ਤਰ੍ਹਾਂ ਆਪਾਂ ਗੱਲ ਕਰਦੇ ਆ ਕਾਂਗਰਸ ਦੀ, ਇਹ ਪੰਜਾਬ ਦੇ ਵਿੱਚ ਰੂਲਿੰਗ ਪਾਰਟੀ ਸੀ, ਔਰ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਕਹਿੰਦੇ ਹਾਂ ਵੀ ਇਹ ਜੱਟ ਮਹਾਂਸਭਾ ਦਾ ਵੀ ਪਹਿਲਾਂ ਪ੍ਰਧਾਨ ਆ, ਪਾਣੀਆਂ ਦੇ ਉੱਤੇ ਇਹਨਾਂ ਦਾ ਇੱਕ ਸਟੈਪ ਚੰਗਾ ਲਿਆ ਹੋਇਆ, ਉਹਨੂੰ ਧਿਆਨ 'ਚ ਰੱਖਦੇ ਹੋਏ ਇੱਕ ਉਮੀਦ ਵੱਜਦੀ ਸੀ। ਬਟ ਉਮੀਦ ਆ ਵੀ ਸੈਂਟਰ ਦਾ ਬਿੱਲ ਤੇ ਕੰਟਰੈਕਟ ਫਾਰਮਿੰਗ ਤੇ ਆ, ਵੀ ਉਹ ਕੰਟਰੈਕਟ ਕਰਨਗੇ, ਉਹਦੇ ਤੇ ਉਹ ਲੋਨ ਲੈ ਸਕਦੇ ਆ, ਤੁਸੀਂ ਕੋਰਟ ਨਹੀਂ ਜਾ ਸਕਦੇ। ਬਟ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇੱਥੇ ਪੰਜਾਬ ਦੇ ਵਿੱਚ ਸਤਲੁਜ ਦੇ ਕੰਢੇ ਤੇ ਮੱਤੇਆੜੇ ਦੇ ਵਿੱਚ 1,000 acres ਦੇ ਵਿੱਚ ਇੰਡਸਟਰੀਅਲ ਪਾਰਕ ਅਨਾਊਂਸ ਕਰ ਦਿੱਤਾ, ਉਹ ਵੀ ਮੱਤੇਆੜਾ ਜੰਗਲ ਦੇ ਵਿੱਚ ਔਰ ਸਤਲੁਜ ਦੇ ਕੰਢੇ ਤੇ। ਪਹਿਲਾਂ ਜਿਹੜਾ ਕੈਂਸਰ ਸਾਡੇ ਸਤਲੁਜ ਦੇ ਵਿੱਚ ਡਿੱਗਦਾ ਆ, ਉਹਦਾ ਇਹਨਾਂ ਨੇ ਹੱਲ ਕਰਨ ਦਾ ਪ੍ਰੋਮਿਸ ਕੀਤਾ ਸੀ, ਕੋਈ ਹੱਲ ਨਹੀਂ ਕੀਤਾ। ਬੁੱਢਾ ਦਰਿਆ ਦਾ ਡੈੱਡ ਵਾਟਰ ਸਤਲੁਜ 'ਚ ਡਿੱਗਦਾ ਆ, ਔਰ ਇੱਕ ਡਰੇਨ ਭੱਟੀਆਂ ਤੋਂ ਆ ਜਿਹੜੀ ਕਿ ਸਾਡੇ ਪੋਲਿਊਟਡ ਵਾਟਰ ਦੀ ਆ, ਉਹਦਾ ਤਾਂ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ। ਇਹਨਾਂ ਨੇ ਇੰਡਸਟਰੀ ਸਤਲੁਜ ਦੇ ਕੰਢੇ ਤੇ ਲਾਤੀ ਤਾਂ ਕਿ ਕੋਈ ਡਰੇਨ ਪਾਣੀ ਨਾ ਪਵੇ ਤੇ ਸਿੱਧਾ ਹੀ ਜਿਹੜਾ ਐਫਲੂਐਂਟ ਆ ਉਹ ਸਤਲੁਜ ਦੇ ਵਿੱਚ ਡਿੱਗੇ।
और तुसी देखो इहदे विच इन्हां ने धक्के नाल रजिस्ट्री कराउण दी कोशिश कीती, और जिहड़ा साडा मते वाला जंगल आ साडे गुरु साहब आलमगीर दे माछीवाड़े दे जंगल तों निकल के गए कि इतिहासिक महत्ता आ, और उस वेले दे जंगल चों इह बचिया होया हिस्सा आ, और उस जंगल नूं इह इंडस्ट्री दी जिहड़ी इक बफर जोन हुंदी आ, जिहड़े कि इंडस्ट्री ने दरख्त लाउणे हुंदे आ, इक नैचुरल जंगल उस इंडस्ट्री दे लई वरतण लगे आ। ਇਹਦੇ ਨਾਲ ਸਾਡਾ ਇੱਕ ਬਹੁਤ ਵੱਡਾ ਉਜਾੜਾ ਆ, ਸਾਡਾ ਪੀਣ ਵਾਲੇ ਪਾਣੀ ਦਾ ਆ, ਇੱਕ ਕੈਂਸਰ ਦਾ ਉਜਾੜਾ ਆ, ਇੱਕ ਬਹੁਤ ਵੱਡਾ ਇਸ਼ੂ ਜਿਹੜਾ ਆ ਸਾਡਾ ਸਸਟੇਨੇਬਲ ਇਕੋਸਿਸਟਮ ਆ ਉਹਦਾ ਆ, ਟੂਰਿਜ਼ਮ ਨਾਲ ਜਿਹੜੀਆਂ ਸਾਡੀਆਂ ਜੌਬ ਆਉਣੀਆਂ ਸੀ ਪਰਮਾਨੈਂਟ ਹਮੇਸ਼ਾ ਦੇ ਲਈ ਉਹ ਖਤਮ ਹੋ ਜਾਣਗੀਆਂ, ਔਰ ਸਭ ਤੋਂ ਵੱਡੀ ਗੱਲ ਜਿੱਥੇ ਇੱਕ ਇੰਡਸਟਰੀ ਲੱਗਦੀ ਆ ਉੱਥੇ ਹਜ਼ਾਰ ਬੰਦਾ ਬਾਹਰੋਂ ਆਉਂਦਾ। ਵੈਲਕਮ ਆ, ਪੰਜਾਬ ਇੱਕ ਐਸੀ ਸਟੇਟ ਆ ਜਿੱਥੇ ਬਹੁਤ ਸੋਹਣਾ ਮਾਹੌਲ ਹੈ, ਬਟ ਜਿੱਥੋਂ ਹਜ਼ਾਰ ਬੰਦਾ ਤੁਸੀਂ ਡੈਮੋਗ੍ਰਾਫਿਕਲੀ ਲੈ ਕੇ ਆਉਣਾ, ਸਾਡੀ ਤੇ ਇੱਕ ਇੱਕ ਪਿੰਡ ਦੀ 100-100 ਵੋਟ ਹੈ, ਤੇ ਅਸੀਂ ਪੰਜਾਬ ਤੋਂ ਬਾਹਰ ਤੇ ਰਿਫਿਊਜੀ ਬਣਦੇ ਸੀ, ਪਹਿਲੀ ਵਾਰੀ ਹੋਣ ਲੱਗਾ ਕਿ ਅਸੀਂ ਪੰਜਾਬ ਦੇ ਵਿੱਚ ਵੀ ਰਿਫਿਊਜੀ ਬਣ ਜਾਵਾਂਗੇ। ਇਹ ਵੀ ਸਾਰੀਆਂ ਗੱਲਾਂ ਛੱਡੋ, ਸਾਰੇ ਚੀਜ਼ਾਂ ਦਾ ਅਸੀਂ ਚਲੋ ਕਿਸੇ ਨਾ ਕਿਸੇ ਤਰੀਕੇ ਨਾਲ ਹੱਲ ਕਰ ਲਵਾਂਗੇ, ਬਟ ਜਿਹੜਾ ਸਾਡਾ ਤਿੰਨ ਤਿੰਨ ਚਾਰ ਚਾਰ ਪੁਸ਼ਤਾਂ ਤੱਕ ਕੈਂਸਰ ਚੱਲਣ ਲੱਗ ਪਿਆ, ਇਟਸ ਪ੍ਰੂਵਨ, ਇੱਕ ਦੋ ਕੇਸ ਤਾਂ ਐਕਚੁਅਲੀ ਮੈਗਜ਼ੀਨਸ ਦੇ ਵਿੱਚ ਪਬਲਿਸ਼ ਵੀ ਹੋਏ ਆ ਵੀ ਇੱਕ ਅੱਖ ਦਾ ਕੈਂਸਰ ਆ ਉਹ 4-5 ਜਨਰੇਸ਼ਨ ਤੱਕ ਜਾ ਸਕਦਾ, ਤੇ ਇਹ ਸੱਟ ਉਹਦੇ ਤੋਂ ਉੱਤੇ ਵੱਜਣ ਲੱਗੀ ਹੈ। ਔਰ ਜਿੰਨੀ ਵਾਰੀ ਵੀ ਲੈਂਡ ਦੀ ਕੋਸ਼ਿਸ਼ ਹੁੰਦੀ ਆ ਖੋਣ ਦੀ, ਕੋਈ ਨਵੀਂ ਚੀਜ਼ ਆਉਂਦੀ ਆ, ਇਹ ਸਾਰੇ ਦੇ ਸਾਰੇ ਐਗਰੀਕਲਚਰ ਐਸੈਟ ਯੂਜ਼ ਹੁੰਦੇ ਆ ਜੀ, ਚਾਹੇ ਉਹ ਫੋਰੈਸਟ ਦੀ ਲੈਂਡ ਹੋਵੇ, ਐਗਰੀਕਲਚਰ ਹੋਵੇ, ਇਸ ਵਾਰ ਸ਼ਾਮਲਾਟ ਦੀ ਲੈਂਡ ਆ, ਐਨੀਮਲ ਹਸਬੈਂਡਰੀ ਦੀ ਲੈਂਡ ਆ, ਕੀ ਪੰਜਾਬ ਦੇ ਵਿੱਚ ਐਗਰੀਕਲਚਰ ਮੁੱਕ ਗਈ ਆ ਜਾਂ ਪੰਜਾਬੀ ਟੱਪਰੀਵਾਸ ਹੋ ਗਏ, ਇਹਨਾਂ ਨੂੰ ਇੱਥੋਂ ਆਪਾਂ ਉਜਾੜਨ ਦਾ ਕੰਮ ਲਿਆ। ਤੋ ਇਹ ਦੋਨਾਂ ਨੇ, ਚਾਹੇ ਸਰਕਾਰ ਸੈਂਟਰ ਦੀ ਸੀ ਚਾਹੇ ਇਹ ਸੀ, ਇਹ ਕਰੋਨਾ ਨੂੰ ਓਪਰਚੁਨਿਟੀ ਲੈ ਕੇ ਕੰਮ ਕੀਤਾ ਗਿਆ, ਔਰ ਇਹ ਜਿਹੜੀ ਲੈਂਡ ਆ ਇੱਕ ਵਾਰੀ ਖੋਹ ਕੇ ਇਹ ਐਸੇ ਹੱਥਾਂ ਦੇ ਵਿੱਚ ਜਾਣੀ ਆ ਕਿ ਬਿਲਕੁਲ ਇਹ ਫ੍ਰੀ ਹੋਲਡ ਪ੍ਰਾਈਵੇਟ ਲੈਂਡ ਕੱਲ ਨੂੰ ਬਣ ਜਾਣੀ ਆ, ਤੇ ਇੱਥੇ ਫਲੈਟ ਵੀ ਬਣਨਗੇ, ਉਹਨਾਂ ਦੀਆਂ ਪਰਸਨਲ ਪ੍ਰੋਪਰਟੀਜ਼ ਵੀ ਬਣਨਗੀਆਂ, ਔਰ ਇਹ ਇਹਨਾਂ ਦੀ ਸਿਚੁਏਸ਼ਨ ਆ ਦੋਨਾਂ ਪਾਰਟੀਆਂ ਦੀ। ਤੇ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਬਹੁਤੀ ਗੱਲ ਤਾਂ ਨਹੀਂ ਕੀਤੀ, ਉਹ ਬਾਦਲ ਦਲ ਨੇ ਜੋ ਸਾਡਾ ਘਾਣ ਕੀਤਾ ਉਹਨੂੰ ਅਸੀਂ ਪੰਜਾਬ ਦਾ ਕਿਸੇ ਨਿਆਣੇ ਨੂੰ ਵੀ ਪੁੱਛ ਲਓ ਤੇ ਉਹ ਵੀ ਜੋ ਮੂਹਰੇ ਉਹ ਕਹਿੰਦਾ ਉਹ ਗੱਲ ਸੁਣਨੀ ਹੁੰਦੀ, ਤੇ ਉਹ ਗੁੱਸਾ ਜਿਹੜਾ ਉਹ ਮੈਨੂੰ ਲੱਗਦਾ ਉਹ ਚੈਨਲ ਦੇ ਉੱਪਰ ਦੱਸਿਆ ਨਹੀਂ ਜਾ ਸਕਦਾ। ਆਈ ਥਿੰਕ ਮੈਂ ਜਿਹੜਾ ਟਾਈਮ ਆ ਜੋ ਵੀ ਆ, ਚਲੋ ਮੈਨੂੰ ਇੰਨੀ ਬੜੀ ਖੁਸ਼ੀ ਆ ਕਿ ਜਿਹੜਾ ਅਕਾਲੀ ਦਲ ਆ ਉਹ ਬੀਜੇਪੀ ਤੋਂ ਜਿਹੜਾ ਅਲੱਗ ਹੋ ਗਿਆ, ਇੱਕ ਹੋਪ ਆ, ਕਿਉਂਕਿ ਅਕਾਲੀ ਦਲ ਬਾਦਲਾਂ ਦੀ ਪਾਰਟੀ ਨਹੀਂ ਆ, ਇਹ ਪੁਰਾਣੀ ਪੰਜਾਬੀ ਪਾਰਟੀ ਆ, ਇਹਦੇ ਵਿੱਚੋਂ ਜਦੋਂ ਆਹ ਚੀਜ਼ ਹੋਈ ਆ ਮੈਨੂੰ ਐਟਲੀਸਟ ਥੋੜ੍ਹੀ ਜਿਹੀ ਹੋਪ ਮਿਲੀ ਆ ਕਿ ਸ਼ਾਇਦ ਫਿਊਚਰ ਆਪਣਾ ਬ੍ਰਾਈਟ ਹੋਵੇ, ਕਿਉਂਕਿ ਮੈਂ ਕੋਈ ਅਕਾਲੀ ਨਹੀਂ ਕਾਂਗਰਸੀ ਨਹੀਂ, ਪਰ ਮੈਨੂੰ ਮੈਂ ਚਾਹੁੰਦਾ ਕਿ ਜਿੰਨੀਆਂ ਵੀ ਪਾਰਟੀਆਂ ਪੰਜਾਬ ਦੀਆਂ ਹੋਣ ਉਹ ਪੰਜਾਬ ਦੀ ਗੱਲ ਤਾਂ ਕਰਨ, ਸੋ ਟੁੱਟਣ ਦੇ ਨਾਲ ਐਟਲੀਸਟ ਇੱਕ ਹੋਪ ਮਿਲ ਗਈ ਕਿ ਫਿਊਚਰ ਵਿੱਚ ਸ਼ਾਇਦ ਕੋਈ ਪੰਜਾਬ ਦੀ ਗੱਲ ਕਰੇਗਾ ਅਕਾਲੀਆਂ ਵੱਲੋਂ ਵੀ। ਬਾਕੀ ਆਈ ਥਿੰਕ ਬੜੀ ਮਿਸ ਇਨਫੋਰਮੇਸ਼ਨ ਉਹਨਾਂ ਵੱਲੋਂ ਦਿੱਤੀ ਗਈ ਸੀ ਕਿ ਜੀ ਕਿਸਾਨ ਫ੍ਰੀ ਹੋ ਗਿਆ, ਫਰੀਡਮ ਮਿਲ ਗਈ, ਕਿਸਾਨ ਹੁਣ ਕਿਤੇ ਵੀ ਜਾ ਕੇ ਵੇਚਦਾ, ਉਹ ਯਾਰ ਅਸੀਂ ਤਾਂ ਕਦੋਂ ਦੇ ਵੇਚਣ ਦੇ ਹਾਂ, ਪੰਜਾਬੀ ਕਿਸਾਨ ਕਦੀ ਵੀ ਕਿਤੇ ਵੀ ਜਾ ਕੇ ਇੰਡੀਆ 'ਚ ਵੇਚ ਸਕਦਾ, ਇਹ ਨਵੀਂ ਗੱਲ ਥੋੜ੍ਹੀ ਤੁਸੀਂ ਕੀਤੀ ਜੋ, ਇਹ ਤਾਂ ਮਤੇ ਵਿੱਚ ਕੋਈ ਵਧੀਆ ਚੀਜ਼ ਹੈ ਹੀ ਨਹੀਂ ਜਿਹੜੀ ਨਵੀਂ ਹੋਵੇ, ਜਿੰਨੀਆਂ ਵੀ ਚੀਜ਼ਾਂ ਸਾਰੀਆਂ ਮਾੜੀਆਂ। ਸੋ ਆਈ ਥਿੰਕ ਯਾ ਤੁਸੀਂ ਰਾਈਟ ਜੋ ਗੁੰਮਰਾਹ ਤਾਂ ਕੀਤਾ। ਬਾਕੀ ਵਟ ਅਬਾਊਟ ਆਪ, ਆਮ ਆਦਮੀ ਪਾਰਟੀ ਦੀ ਕੀ ਸਟੈਂਡ ਹੈ ਇਹ ਸਾਰੀ ਚੀਜ਼ 'ਤੇ? ਆਮ ਆਦਮੀ ਪਾਰਟੀ, ਕਿਉਂਕਿ ਪੰਜਾਬ ਦੇ ਵਿੱਚ ਇੱਕ ਟੂ ਬੀ ਓਨੈਸਟ ਕੋਈ ਫੈਕਟਰ ਨਹੀਂ ਰਹਿ ਗਿਆ, ਮਤਲਬ ਜਿਹਨੂੰ ਆਪਾਂ ਡਿਸਕਸ ਕਰੀਏ, ਫਿਰ ਵੀ ਚਲੋ ਇੱਕ ਪੋਲੀਟੀਕਲ ਐਂਟਾਈਟੀ ਹੈ ਉਹ, ਉਹਨਾਂ ਨੂੰ ਹੱਕ ਆ ਇੱਥੇ ਆਪਣੇ ਜਥੇਬੰਦਕ ਤਰੀਕੇ ਦੇ ਨਾਲ ਲੜਾਈ ਲੜਨ ਦਾ, ਤੇ ਉਹ ਇੱਕ ਵੱਖਰੀ ਗੱਲ ਆ। ਉਹਦੇ ਵਿੱਚ ਉਹਨਾਂ ਦਾ ਡਿਸੀਜਨ ਕੋਈ ਵੀ ਜਿਹੜਾ ਆ ਉਹਨਾਂ ਦਾ ਕੋਈ ਇੰਡੀਪੈਂਡੈਂਟ ਕਾਡਰ ਨਹੀਂ ਆ, ਜਿਵੇਂ ਬਾਕੀ ਪਾਰਟੀਆਂ 'ਚ ਵੀ ਖੈਰ ਹੁੰਦਾ ਆ, ਤੇ ਉਹਨਾਂ ਦਾ ਡਿਸੀਜਨ ਜਿਵੇਂ ਉਹ ਦਿੱਲੀਓਂ ਘੁੰਮ ਕੇ ਆਉਂਦਾ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹਨਾਂ ਨੂੰ ਥੋੜ੍ਹੀ ਵੇਟ ਕਰਨੀ ਪੈਂਦੀ ਉਹਨਾਂ ਦੇ ਕਾਡਰ ਨੂੰ ਵੀ ਕੇਜਰੀਵਾਲ ਦਾ ਕੀ ਸਟੈਂਡ ਆ, ਕੇਜਰੀਵਾਲ ਦਾ ਜਦੋਂ ਸਟੈਂਡ ਦੀ ਉਹ ਵੇਟ ਕਰਦੇ ਆ ਤੇ ਫਿਰ ਉਹਨਾਂ ਦਾ ਕਾਡਰ ਇੱਥੇ ਆਪਣੇ ਪੋਸਟਰ ਰੈਡੀ ਕਰਦਾ ਤੇ ਫਿਰ ਉਹ ਸ਼ੇਅਰ ਕਰਦੇ ਆ, ਤੇ ਥੋੜ੍ਹਾ ਜਿਹਾ ਮੈਨੂੰ ਲੱਗਦਾ ਨਹੀਂ ਕਿ ਉਹ ਜੋ ਉਹਨਾਂ ਨੂੰ ਆਪਣਾ ਪਾਰਟ ਪਲੇ ਕਰਨਾ ਚਾਹੀਦਾ ਆ, ਇੱਕ ਕਨਫਿਊਜ਼ ਆ। ਭਗਵੰਤ ਮਾਨ ਕਿਤੇ ਕਿਤੇ ਆਪਣਾ ਪਾਰਟ ਪਲੇ ਕਰਨ ਦੀ ਕੋਸ਼ਿਸ਼ ਕਰਦੇ ਆ, ਬਟ ਉਹਨਾਂ ਦਾ ਵੀ ਜਿਹੜਾ ਬਹੁਤਾ ਸਮਾਂ ਇਸ ਚੱਕਰ 'ਚ ਨਿਕਲਦਾ ਆ ਵੀ ਜੇ ਪੰਜਾਬ 'ਚੋਂ ਜਾਂ ਕਾਂਗਰਸ 'ਚੋਂ ਜਾਂ ਅਕਾਲੀ ਦਲ 'ਚੋਂ ਕੋਈ ਬਿਆਨ ਕੇਜਰੀਵਾਲ ਦੇ ਖਿਲਾਫ ਆ ਗਿਆ, ਉਹਨਾਂ ਦਾ ਜ਼ਿਆਦਾ ਜ਼ੋਰ ਕੇਜਰੀਵਾਲ ਨੂੰ ਡਿਫੈਂਡ ਕਰਨ 'ਚ ਲੱਗ ਜਾਂਦਾ, ਉਹ ਫਿਰ ਉਹ ਹਿੰਦੀ ਦੇ ਵਿੱਚ ਟਵੀਟ ਕਰਦੇ ਆ ਵੀ ਤੁਸੀਂ ਕੇਜਰੀਵਾਲ ਨੂੰ ਕੁਛ ਨਾ ਕਹੋ। ਪੰਜਾਬ ਦੇ ਵਿੱਚ ਉਹਨਾਂ ਦਾ ਜਿਹੜਾ ਰਿਸਪੋਂਸ ਟਾਈਮ ਆ ਉਹ ਇੱਕ ਇੱਕ ਦੋ ਦੋ ਦਿਨ ਲੇਟ ਹੋ ਕੇ ਹਮੇਸ਼ਾ ਦੇਖਣ ਨੂੰ ਮਿਲਦਾ ਆ। ਯਾ ਸੋ ਆਈ ਥਿੰਕ ਉਹ ਫਿਰ ਉਹੀ ਗੱਲ ਆਉਂਦੀ ਹੈ ਕਿ ਪੰਜਾਬ ਦੀਆਂ ਪਾਰਟੀਆਂ ਦੀ ਲੋੜ ਹੈ ਜਿਹੜੀ ਪੰਜਾਬ ਦੇ ਫਸਟ ਅਤੇ ਪੰਜਾਬ 'ਚੋਂ ਹੀ ਉਹਨਾਂ ਦੇ ਜਿਹੜੇ ਆ ਆਂਸਰ ਨਿਕਲਣ। ਸੋ ਹਜੇ ਵੀ ਕਿਤੇ ਨਾ ਕਿਤੇ ਲੋੜ ਆ, ਹਜੇ ਵੈਕਿਊਮ ਹੈਗਾ ਕਿ ਸ਼ਾਇਦ ਇੱਕ ਹੋਰ ਪਾਰਟੀ ਨਿਕਲ ਸਕਦੀ ਆ, ਮੈਨੂੰ ਨਹੀਂ ਪਤਾ, ਸ਼ਾਇਦ ਇਹੋ ਜਿਹਾ ਮੂਵਮੈਂਟਾਂ 'ਚੋਂ ਹੀ ਨਿਕਲਦੀ ਹੁੰਦੀ ਆ, ਪਰ ਜੇ ਨਿਕਲ ਜਾਏ ਤਾਂ ਮਾੜੀ ਗੱਲ ਕੀ ਆ। ਬਾਕੀ ਸਰ ਆਪਾਂ ਬੋਲਣ ਦੇ ਹਾਂ, ਤੁਸੀਂ ਵੀ ਬੋਲਦੇ ਜੋ, ਤੁਸੀਂ ਉੱਥੇ ਸੋਸ਼ਲ ਆਪਣਾ ਨਾਲ ਐਕਟੀਵਿਟੀ
ਤੁਹਾਡੀ ਮੈਂ ਆ ਭਾਵੇਂ ਆ ਜਿਹੜੀ ਜ਼ਮੀਨ ਦੀ ਗੱਲ ਕੀਤੀ ਤੁਸੀਂ ਉਹਦੇ ਵਿੱਚ ਬਹੁਤ ਵੋਕਲ ਰਹੇ ਜਾਂ ਕਿਹੜੇ ਵੀ ਸੋਸ਼ਲ ਇਸ਼ੂਸ ਆ ਮੈਂ ਇੱਕ ਚੀਜ਼ ਮੈਂਸ਼ਨ ਜ਼ਰੂਰ ਕਰਨਾ ਚਾਹੁੰਦਾ ਕਈ ਲੋਕ ਸੋਚਦੇ ਆ ਯਾਰ ਜਦੋਂ ਵੀ ਕੋਈ ਪੰਜਾਬ 'ਚ ਇੰਡਸਟਰੀ ਆਉਂਦੀ ਹੈ ਇੰਡਸਟਰੀ ਦੇ ਖਿਲਾਫ ਕਿਉਂ ਬੋਲਦੇ ਆ ਮੈਂ ਇਹ ਦੱਸਦਾ ਇੰਡਸਟਰੀ ਦੇ ਇੰਡਸਟਰੀ ਦੀ ਟਾਈਪਸ ਹੁੰਦੀਆਂ ਇਹ ਜਿਹੜੀ ਇੰਡਸਟਰੀ ਦੀ ਜਿਹੜੀ ਲੋਨ ਦੇ ਲੁਧਿਆਣੇ ਡਾਈ ਇੰਡਸਟਰੀ ਜਾਂ ਜਿਹੜੀ ਸਾਡੀ ਪੋਲਿਊਸ਼ਨ ਕ੍ਰੀਏਟ ਕਰਦੀ ਕੈਂਸਰ ਸਾਡੀ ਜਿਹੜੀਆਂ ਪੁਸ਼ਤਾ ਮਾਰਨ ਵਾਲੀ ਚੀਜ਼ ਆ ਹੁਣ ਤੁਸੀਂ ਕੈਂਸਰ ਵੇਖੀ ਆ ਕਿੰਨੀ ਫੈਲੀ ਆ ਜੇ ਤੁਸੀਂ ਪੰਜਾਬ 'ਚ ਇੰਡਸਟਰੀ ਲਿਆਉਣੀ ਆ ਤੁਸੀਂ ਕੋਈ ਆਈਟੀ ਦੀ ਇੰਡਸਟਰੀ ਲਿਆਓ ਕੋਈ ਚੰਗੀ ਚੀਜ਼ ਲੈ ਕੇ ਆਓ ਜਿਹਨਾਂ ਸਾਡੇ ਬ੍ਰੇਨ ਪਾਵਰ ਯੂਜ਼ ਹੋਵੇ ਸਾਡੇ ਯੂਨੋ ਅਸੀਂ ਇਹ ਇਹੋ ਜਿਹੀ ਇੰਡਸਟਰੀ ਨਹੀਂ ਚਾਹੁੰਦੇ ਕਿ ਤੁਸੀਂ ਸਾਡੇ ਪੰਜਾਬ ਨੂੰ ਖਤਮ ਕਰ ਦਿਓ ਹੁਣ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਆਂਦੇ ਸਵੈਮਾਨ ਤੂੰ ਸਾਰਾ ਕੁਝ ਬਣਾ ਸਕਦਾ ਪਰ ਤੂੰ ਹਵਾ ਅਤੇ ਪਾਣੀ ਨਹੀਂ ਬਣਾ ਸਕਦਾ ਅਤੇ ਉਹ ਬੜੀ ਸਹੀ ਗੱਲ ਕੀਤੀ ਆ ਅਸੀਂ ਪੰਜਾਬ ਦਾ ਪਾਣੀ ਅਤੇ ਹਵਾ ਚੇਂਜ ਨਹੀਂ ਕਰ ਸਕਦੇ ਸੋ ਸਾਨੂੰ ਉਹ ਸਾਡੀ ਪਵਿੱਤਰ ਜਿਹੜੀ ਧਰਤੀ ਆ ਉਹਨੂੰ ਪਵਿੱਤਰ ਰਹਿਣ ਦਿਓ ਸਾਨੂੰ ਚੰਗੀ ਇੰਡਸਟਰੀ ਨਹੀਂ ਦੇ ਸਕਦੇ ਅਤੇ ਮਾੜੀ ਇੰਡਸਟਰੀ ਨਾ ਦਿਓ ਚਲੋ ਬਾਕੀ ਸਰ ਵਟ ਅਬਾਊਟ ਬਾਕੀ ਜਿਹੜੇ ਤੁਹਾਡੇ ਪੰਜਾਬ 'ਚ ਡਾਕਟਰ ਆ ਲੋਇਰਸ ਆ ਇੰਜੀਨੀਅਰ ਆ ਉਹ ਕਿਉਂ ਨਹੀਂ ਬੋਲਦੇ ਕਿ ਬੋਲਦੇ ਆ ਜਾਂ ਉਹਨਾਂ ਦਾ ਸੁਣਦਾ ਨਹੀਂ ਆ ਉਹ ਲੱਗਦਾ ਨਹੀਂ ਕਿ ਹੁਣ ਸਿੰਗਰ ਬਹੁਤ ਵਧੀਆ ਭਰਾਵਾਂ ਨੇ ਮੋਰਚਾ ਚੁੱਕਿਆ ਪਰ ਵਟ ਅਬਾਊਟ ਪੜ੍ਹੇ ਲਿਖੇ ਲੋਕ ਜਿਹੜੇ ਪੰਜਾਬ ਦੇ ਉਹ ਕਿੱਥੇ ਰਹਿ ਜਾਂਦੇ ਆ ਮੈਂ ਸਹਿਮਤ ਹਾਂ ਜੀ ਇਹ ਤਾਂ ਸਿੰਗਰਾਂ ਦਾ ਧੰਨਵਾਦ ਕਰਨਾ ਬਣਦਾ ਹੈ ਕਿ ਉਹਨਾਂ ਨੇ ਆਪਣਾ ਕਿਉਂਕਿ ਕੁਛ ਸੋਸ਼ਲ ਮੀਡੀਆ ਤੇ ਵੀ ਆਇਆ ਸੀ ਵੀ ਫਲਾਣਾ ਨਹੀਂ ਆਇਆ ਫਲਾਣਾ ਨਹੀਂ ਆਇਆ ਫਲਾਣਾ ਨਹੀਂ ਆਇਆ ਇੱਕ 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 ਸ਼ੁਰੂ ਜਿਹਾ ਹੋ ਗਿਆ ਸੀ ਸਿਲਸਿਲਾ ਔਰ ਪਰ ਇੱਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿਹੜੇ ਢਾਡੀ ਜਥੇ ਆ ਕੀਰਤਨੀਏ ਆ ਕਥਾਵਾਚਕ ਆ ਸਿੰਗਰ ਆ ਔਰ ਨਾਟਕਕਾਰ ਆ ਇਹਨਾਂ ਨੇ ਆਪਣਾ ਇੱਕ ਜਿਹੜਾ ਪਾਰਟ ਆ ਬਹੁਤ ਸੋਹਣਾ ਪਲੇ ਕੀਤਾ ਯੂਥ ਇਹਨਾਂ ਦੀ ਗੱਲ ਸੁਣਦਾ ਆ ਤੇ ਇਹ ਇੱਕ ਮਾਧਿਅਮ ਬਣੇ ਆ ਆਪਣੀ ਆਵਾਜ਼ ਰੱਖਣ ਦੇ ਵਿੱਚ ਪਰ ਜਿੱਥੋਂ ਤੱਕ ਇੱਕ ਮੈਂ ਬਠਿੰਡਾ ਦੇ ਵਿੱਚ ਜਾਂ ਮਾਨਸਾ ਏਰੀਏ ਦੇ ਵਿੱਚ ਜਿਹੜੇ ਉੱਥੋਂ ਦੇ ਆੜ੍ਹਤੀ ਹੈ ਉਹਨਾਂ ਨੇ ਵੀ ਕਿਸਾਨਾਂ ਦੇ ਨਾਲ ਜਿਹੜੀ ਆਪਣੀ ਜਿਹੜੀ ਆਵਾਜ਼ ਬੁਲੰਦ ਕੀਤੀ ਆ ਉਹ ਵੀ ਇਹ ਕਹਿਣਾ ਬਣਦਾ ਉਹਨਾਂ ਨੋਟਿਸ ਲੈਣਾ ਬਣਦਾ ਇਹ ਇੱਕ ਚੰਗਾ ਸਬੱਬ ਜਿਹੜਾ ਆ ਬਣਿਆ ਆ ਪਰ ਜਿੱਥੋਂ ਤੱਕ ਸਾਡੇ ਇੱਕ ਪ੍ਰੋਫੈਸ਼ਨਲ ਵਰਗ ਦੀ ਗੱਲ ਆ ਵਕੀਲਾਂ ਨੂੰ ਜੇ ਕੱਢਦੀ ਹੈ ਕਿਉਂਕਿ ਦੇਖੋ ਉਹਨਾਂ ਨੇ ਆਪਣੀ ਕੋਸ਼ਿਸ਼ ਇੱਕ ਵਕੀਲ ਇੱਕ ਉਹ ਪ੍ਰੋਫੈਸ਼ਨ ਆ ਜਿਹਦੇ ਵਿੱਚ ਉਹ ਆਪਣੀ ਆਵਾਜ਼ ਬੁਲੰਦ ਇਸ ਵੇਲੇ ਜ਼ਰੂਰ ਕਰਦੇ ਪਏ ਆ ਸ਼ੰਭੂ ਬਾਰਡਰ ਤੇ ਵੀ ਅੱਜ ਹਾਈਕੋਰਟ ਦੇ ਜਿਹੜੇ ਉਹ ਆਫਿਸ ਬੇਅਰਰ ਸੀ ਉਹਨਾਂ ਦੀ ਬਾਰ ਦੇ ਉਹ ਸਾਰੇ ਪਹੁੰਚੇ ਹੋਏ ਸੀਗੇ ਬਾਕੀ ਜਗ੍ਹਾ ਵੀ ਪਹੁੰਚ ਰਹੇ ਆ ਜਿਹੜੇ ਬਾਕੀ ਪ੍ਰੋਫੈਸ਼ਨਲ ਆ ਜੇ ਆਪਾਂ ਡਾਕਟਰਸ ਦੀ ਗੱਲ ਕਰੀਏ ਤੇ ਉਹ ਸ਼ਾਇਦ ਇੱਕ ਇੱਕ ਇਨਸੂਲੇਸ਼ਨ ਐਗਜ਼ਿਸਟ ਕਰਦੀ ਆ ਪੰਜਾਬ ਦੇ ਮੁੱਦਿਆਂ ਤੇ ਸਾਡੇ ਪ੍ਰੋਫੈਸ਼ਨਲ ਦੇ ਵਿੱਚ ਇੱਥੋਂ ਤੱਕ ਕਿ ਜਦੋਂ ਉਹਨਾਂ ਦੇ ਆਪ ਦੇ ਮੁੱਦੇ ਹੁੰਦੇ ਆ ਤੇ ਉਹਦੇ ਵਿੱਚ ਵੀ ਜਿਹੜੀਆਂ ਪ੍ਰੋਫੈਸ਼ਨਲ ਬਾਡੀਜ਼ ਆ ਤੁਸੀਂ ਡਾਕਟਰ ਆ ਮੈਂ ਵੀ ਇਸੇ ਪ੍ਰੋਫੈਸ਼ਨ ਤੋਂ ਆ ਮੈਂ ਗੱਲ ਉਹਨਾਂ ਦੇ ਬਿਹਾਫ ਤੇ ਜ਼ਰੂਰ ਕਰ ਸਕਦਾ ਕਿ ਉਹ ਆਪਣੇ ਮੁੱਦਿਆਂ ਤੇ ਵੀ ਉਹਨੇ ਵੋਕਲ ਨਹੀਂ ਆ ਤੇ ਜੇ ਆਪਾਂ ਹੋਰ ਮੁੱਦਿਆਂ ਦੀ ਗੱਲ ਕਰੀਏ ਉੱਥੇ ਤੇ ਉਹਨਾਂ ਦਾ ਜਿਹੜਾ ਰੋਲ ਆ ਉਹ ਮਨਫੀ ਆ ਉਹ ਜ਼ੀਰੋ ਆ ਉਹਦੇ ਵਿੱਚ ਦੋ ਦੋ ਗੱਲਾਂ ਦਾ ਰੋਲ ਆ ਇੱਕ ਤੇ ਸਾਡੀ ਜਿਹੜੀ ਪੰਜਾਬ ਦਾ ਜਾਂ ਇੰਡੀਆ ਦਾ ਐਜੂਕੇਸ਼ਨ ਸਿਸਟਮ ਆ ਉਹ ਸਾਨੂੰ ਲੜਨਾ ਨਹੀਂ ਸਿਖਾਉਂਦਾ ਉਹ ਸਾਨੂੰ ਸੌਫਟ ਕਰਦਾ ਜਾਂਦਾ ਆ ਔਰ ਉਹਦੇ ਵਿੱਚ ਸਾਨੂੰ ਦੁਨੀਆ ਜਹਾਨ ਦੀਆਂ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਪਰ ਜਿਹੜੀ ਆਪਣੀ ਜਿੱਥੇ ਅਸੀਂ ਜੰਮੇ ਹੁੰਦੇ ਆ ਨਾ ਉਸ ਬਾਰੇ ਨਹੀਂ ਦੱਸਿਆ ਜਾਂਦਾ ਸਾਡੇ ਨਿਆਣਿਆਂ ਨੂੰ ਨਹੀਂ ਪਤਾ ਵੀ ਅਸੀਂ ਅਬਦਾਲੀ ਵੇਲੇ ਕਿਵੇਂ ਸੀ ਕਿਵੇਂ ਲੜੇ ਤੇ ਸਾਡੀ ਹਿਸਟਰੀ ਬੱਬਰ ਅਕਾਲੀਆਂ ਵੇਲੇ ਕੀ ਰਹੀ ਆ ਮਤਲਬ ਸ਼ਾਇਦ ਉਹ ਪੇਰੈਂਟਸ ਵੱਲੋਂ ਵੀ ਹੁੰਦਾ ਆ ਇੱਕ ਡਰ ਹੁੰਦਾ ਆ ਵੀ ਸ਼ਹੀਦ ਭਗਤ ਸਿੰਘ ਸਾਨੂੰ ਚਾਹੀਦਾ ਤਾਂ ਹੈ ਪਰ ਗਵਾਂਢੀ ਦੇ ਚਾਹੀਦਾ ਕਿਤੇ ਐਵੇਂ ਆਪਣੇ ਨਾ ਕਿਤੇ ਆ ਜਾਵੇ ਉਹ ਇੱਕ ਇੱਕ ਡਰ ਜ਼ਰੂਰ ਹੈਗਾ ਆ ਤੇ ਉਹ ਇੱਕ ਐਜੂਕੇਸ਼ਨ ਦਾ ਇਹਦੇ ਸੋਸ਼ਲ ਐਜੂਕੇਸ਼ਨ ਅਸੀਂ ਹਾਂਜੀ ਇੱਕ ਜਿਹੜੇ ਹੁਣ ਬੱਚੇ ਆ ਜਿਹੜੇ ਕੁਛ ਬੋਲਦੇ ਵੀ ਆ ਸ਼ਾਇਦ ਉਹ ਜਦੋਂ ਸਕੂਲੋਂ ਨਿਕਲਦੇ ਆ ਕਾਲਜ ਦਾ ਟਾਈਮ ਥੋੜਾ ਬੈਟਰ ਆ ਜਾਂ ਜਿਹੜੇ ਆਪ ਪੜ੍ਹਨ ਦਾ ਸ਼ੌਂਕ ਰੱਖਦੇ ਆ ਰਿਲੇਟ ਕਰਦੇ ਆ ਉਹਨਾਂ 'ਚੋਂ ਬੜੇ ਚੰਗੇ ਰਿਜ਼ਲਟ ਵੀ ਆਉਣ ਡਏ ਆ ਆਖਿਰ ਜੀਨ ਆ ਜੀਨਸ ਵੀ ਕੋਈ ਉਹਨਾਂ ਨੇ ਬੋਲਣਾ ਕਿਤੇ ਨਾ ਕਿਤੇ ਉਹਨਾਂ ਦੀ ਚਾਹ ਹੁੰਦੀ ਆ ਪਰ ਸਕੂਲਿੰਗ ਜਿਹੜੀ ਆ ਸਾਡੀ ਥੋੜਾ ਜਿਹਾ ਵੋਕਲ ਹੋਣ ਤੋਂ ਯੂਥ ਨੂੰ ਲੇਟ ਜ਼ਰੂਰ ਕਰਦੀ ਆ ਕਾਫੀ ਇਸ਼ੂਜ਼ ਆਈ ਥਿੰਕ ਯੂ ਨੋ ਮੈਂ ਜਦੋਂ ਜੇ ਮੈਂ ਪੰਜਾਬ 'ਚ ਮੈਂ ਇੱਕ ਚੀਜ਼ ਵੇਖੀ ਉਹਨਾਂ ਨੇ ਇੱਕ ਸਰਕਾਰ ਨੇ ਜਾਂ ਜਿੰਨੇ ਵੀ ਨਾ ਇੱਕ ਬੜੇ ਵਧੀਆ ਸਿਸਟੈਮਿਕ ਵੇ ਨਾ ਹਰ ਇੱਕ ਜਣੇ ਨੂੰ ਚੋਰ ਬਣਾ ਦਿੱਤਾ ਜਿਹੜਾ ਵਿਚਾਰਾ ਪਿੰਡ 'ਚ ਆ ਉਹ ਵੀ ਕੁੰਡੀਆਂ ਲਾਉਣ ਦਿਆ ਆਉਂਦੇ ਆ ਕਿ ਜਿਹੜਾ ਆਪ ਹੀ ਚੋਰ ਆ ਕਿਸੇ ਚੋਰ ਨੂੰ ਕਿੱਦਾਂ ਹੋਰ ਗਲਤ ਕਹਿ ਸਕਦਾ ਸੋ ਮੇ ਬੀ ਦੈਟਸ ਦਾ ਰੀਜ਼ਨ ਵਾਏ ਹੁਣ ਆਹ ਡਾਕਟਰ ਵੀ ਆ ਉੱਥੇ ਤੁਹਾਨੂੰ ਪਤਾ ਫਾਰਮਾਸਿਸਟ ਨੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਗੰਦ ਪਾਇਆ ਪਿਆ ਅਤੇ ਡਾਕਟਰ ਤਾਂ ਫਿਰ ਕਿਹੜਾ ਡਾਕਟਰ ਇਸ ਵੇਲੇ ਮਤਲਬ ਕਿ ਆਈ ਐਮ ਸ਼ੋਰ ਬੜੇ ਇਮਾਨਦਾਰ ਡਾਕਟਰ ਨੇ ਡਾਕਟਰ ਗਾਂਧੀ ਆ ਆਪਣਾ ਕੰਮ ਕਰ ਰਹੇ ਆ ਇੱਦਾਂ ਹੀ ਬਹੁਤ ਗਿਣਤੀ ਦੇ ਡਾਕਟਰ ਹੈਗੇ ਆ ਬਹੁਤ ਵਧੀਆ ਕੰਮ ਕਰ ਤੁਸੀਂ ਜੋ ਤੁਹਾਡੀ ਟੀਮ ਹੈ ਜਿਨ੍ਹਾਂ ਨਾਲ ਆਪਾਂ ਕੰਮ ਕਰਦੇ ਹਾਂ ਜਾਂ ਕੈਂਪਾਂ 'ਚ ਹੋਰ ਵੀ ਡਾਕਟਰ ਜਿਹੜੇ ਆਉਂਦੇ ਆ ਦੇ ਗ੍ਰੇਟ ਡਾਕਟਰਸ ਬਟ ਬਹੁਤ ਜ਼ਿਆਦਾ ਮਾਤਰਾ ਡਾਕਟਰ ਐਸੇ ਵੀ ਆ ਜਿਹੜੇ ਫਾਰਮਾਸਿਸਟ ਦੇ ਥਰੂ ਵੇਗੇ ਆ ਜਾਂ ਹੋਰ ਕਿਸੇ ਦੇ ਉਹ ਕਿੱਦਾਂ ਬੋਲਣ ਆਈ ਥਿੰਕ ਦੈਟਸ ਦਾ ਇਸ਼ੂ ਹਰ ਇੱਕ ਨੂੰ ਚੋਰ ਬਣਾਤਾ ਬਿਲਕੁਲ ਬਿਲਕੁਲ ਸਾਨੂੰ 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 ਜਿਹੜੀ ਮਾੜੇ ਦੀ ਗੱਲ ਆ ਨਾ ਉਹਨੂੰ ਡਿਸਕਸ ਜ਼ਿਆਦਾ ਕਰਨੀ ਚਾਹੀਦੀ ਆ ਔਰ ਵਿਦਆਊਟ ਮਿਨਸਿੰਗ ਐਨੀ ਵਰਡਸ ਕਿ ਪੰਜਾਬ ਦੇ ਵਿੱਚ ਜਿਵੇਂ ਕਿ ਆਹ ਪ੍ਰਾਈਵੇਟ ਡਾਕਟਰਸ ਦਾ ਇੱਕ ਹਿੱਸਾ ਸਿਸਟਮ ਵੀ ਹੈਗਾ ਆ
ਉਹਨਾਂ ਦੇ ਪਿੰਡਾਂ ਤੱਕ ਟਾਊਟ ਵੀ ਹੈਗੇ ਆ ਉਹ ਜਿਹੜੇ ਕਿ ਪੂਰਾ ਲੁਧਿਆਣਾ ਨਿਗਾ ਕੇ ਇੱਧਰਲੇ ਪਿੰਡ ਤੋਂ ਲੁਧਿਆਣਾ ਟੱਪ ਕੇ ਦੂਸਰੇ ਪਿੰਡ ਮਰੀਜ਼ ਨੂੰ ਲੈ ਕੇ ਜਾਂਦੇ ਹੋ ਭਾਵੇਂ ਰਾਜ ਪੂਰਾ ਹੋ ਜਾਏ। ਇੱਕ ਯਕੀਨ ਦੇ ਨਾਲ ਪਿੰਡਾਂ ਵਾਲਿਆਂ ਦਾ ਸਾਡੇ ਭਰਾਵਾਂ ਦਾ ਇੱਕ ਸਿਸਟਮ ਚੱਲਦਾ ਵੀ ਇਹ ਸਾਡਾ ਅਸੀਂ ਇੱਥੇ ਯਕੀਨ ਕਰਦੇ ਹਾਂ ਤੇ ਉਹ ਕੁਐਕ ਜਿਹੜੇ ਆ ਉਹਨਾਂ ਦਾ ਇੱਕ ਨੈਕਸਸ ਹੈਗਾ ਆ ਡਾਕਟਰ ਦੇ ਨਾਲ। ਇਹ ਬਿਲਕੁਲ ਇਹ ਮੂਹਰੇ ਆਉਣੀਆਂ ਚਾਹੀਦੀਆਂ ਲੋਕਾਂ ਦੇ ਕਿਉਂਕਿ ਇਹਦੇ ਨਾਲ ਜਾਨੀ ਨੁਕਸਾਨ ਜਿਹੜਾ ਆ ਲੋਕਾਂ ਦਾ ਜੁੜਿਆ ਰਹਿੰਦਾ ਆ ਤੇ ਕਿਸੇ ਦੇ ਇੱਕ ਦੇ ਪੈਸੇ ਬਣਦੇ ਆ ਤੇ ਕਈ ਪਰਿਵਾਰ ਖੱਜਲ ਹੁੰਦੇ ਆ। ਸੋ ਇਹ ਤਾਂ ਗੱਲ ਆਪਾਂ ਨੂੰ ਮੰਨਣੀ ਪਊਗੀ, ਕਿਤਨਾ ਕਿਤੇ ਪੰਜਾਬ ਦੇ ਵਿੱਚ ਸਾਨੂੰ ਚੋਰ ਬਣਾਤਾ, ਉਹ ਸਾਨੂੰ ਹੀ ਆਪਣੀ ਜ਼ਮੀਰ ਜਗਾਉਣੀ ਪਊਗੀ, ਆਪਣਾ ਐਜੂਕੇਸ਼ਨ ਸਿਸਟਮ ਸਟਰੋਂਗ ਕਰਨਾ ਪਊਗਾ। ਕਿਉਂਕਿ ਸਰਕਾਰ ਨੇ ਨਾ ਜਿੱਦਾਂ ਰੈਜ਼ਰਵੇਸ਼ਨ ਦਾ ਮੁੱਦਾ ਸੀ ਕਿ ਇੱਕ ਦੂਜੇ ਨੂੰ ਇੱਕ ਦੂਜੇ ਦੇ ਖਿਲਾਫ ਕਰਤਾ, ਇੰਸਟਡ ਆਫ ਕਿ ਆਪਾਂ ਸਰਕਾਰ ਕੋਲ ਮੰਗੀਏ ਕਿ ਸਾਨੂੰ ਹੋਰ ਜੋਬਾਂ ਚਾਹੀਦੀਆਂ, ਸਾਨੂੰ ਹੋਰ ਪੜ੍ਹਾਈ ਚਾਹੀਦੀ, ਸਾਨੂੰ ਹੋਰ ਸਕੂਲ ਚਾਹੀਦੇ ਆ, ਅਸੀਂ ਇਹੋ ਬਲੇਮ ਕਰਦੇ ਰਹਿੰਦੇ ਹਾਂ ਉਹ ਜੀ ਉਹ ਰੈਜ਼ਰਵੇਸ਼ਨ ਅਤੇ ਉਹ ਸਾਡੀ ਸੀਟ ਲੈ ਗਿਆ, ਉਹ ਕਿਸੇ ਗਰੀਬ ਦਾ ਮੁੰਡਾ ਜਾਂ ਕਿਸੇ ਦਲਿਤ ਦਾ ਮੁੰਡਾ। ਆਪਣੀ ਸੁਸਾਇਟੀ ਵਿੱਚ ਜਾਂ ਉਹ ਪਾਣੀਆਂ 'ਤੇ ਪੰਜਾਬ ਅਤੇ ਹਰਿਆਣੇ ਨੂੰ ਲੜਾ ਤਾ, ਇੱਕ ਦੂਜੇ ਨਾਲ ਲੜਦੇ ਹਾਂ, ਜਿੱਥੇ ਕਿ ਜੇ ਇਕੱਠੇ ਹੋ ਕੇ ਚੱਲੀਏ ਅਤੇ ਸਰਕਾਰ ਕੋਲ ਮੰਗੀਏ ਜਾਂ ਸਰਕਾਰ ਨੂੰ ਕਹੀਏ ਕਿ ਤੁਸੀਂ ਤਕੜੇ ਹੋ, ਉਹਨਾਂ ਦੇ ਅੱਗੇ ਆਪਾਂ ਝੁੱਕ ਜਾਂਦੇ ਹਾਂ, ਪਰ ਜਿੱਥੇ ਆਪਣੇ ਮੁੱਦੇ ਉਠਾਉਣੇ ਹੁੰਦੇ ਉਹਦਾ ਆਪਾਂ ਉਠਾਉਂਦੇ ਨਹੀਂ। ਬਾਕੀ ਡਾਕਟਰ ਬੈਂਸ, ਵਟ ਅਬਾਊਟ, ਸਾਨੂੰ ਲੱਗਦਾ ਕਿ ਇਹ ਚੀਜ਼ ਮਾੜੀ ਆ, ਮੈਨੂੰ ਇੱਕ ਵੀ ਚੀਜ਼ ਇਹ ਜਿਹੜੇ ਫਾਰਮ ਬਿੱਲ ਆ ਮੈਂ ਪੜ੍ਹੇ ਆ, ਮੈਨੂੰ ਕੁਛ ਇਹ 'ਚ ਸਹੀ ਨਹੀਂ ਲੱਗਾ। ਮੈਂ ਜੇ ਹਿਸਟਰੀ ਵੀ ਰਿਵਿਊ ਕੀਤੀ ਆ ਬਾਕੀ ਦੇਸ਼ਾਂ ਵਿੱਚ ਜਿੱਥੇ ਇਹੋ ਜਿਹੀਆਂ ਚੀਜ਼ਾਂ ਲਾਗੂ ਹੋਈਆਂ, ਮੈਨੂੰ ਕੁਛ ਵੀ ਨਹੀਂ ਇਹਦੇ ਵਿੱਚ ਪੋਜ਼ਿਟਿਵ ਵਿਖਿਆ, ਇੱਥੋਂ ਤੱਕ ਕਿ ਲਿਟਰਲੀ ਹੈਵ ਨਥਿੰਗ ਗੁੱਡ ਟੂ ਸੇ ਅਬਾਊਟ ਇਟ। ਉਹਦੇ ਬਾਅਦ ਜਿਹੜੇ ਆਪਣੇ ਪੰਜਾਬ 'ਚ PhDs ਆ, ਇਕਨੋਮਿਸਟ ਆ ਜਾਂ ਪੜ੍ਹਾਕੂ ਲੋਕ ਹੈ, ਆ ਜਿਹੜੇ ਪੰਜਾਬ ਯੂਨੀਵਰਸਿਟੀ ਆ, ਡਾਕਟਰ ਗਿਆਨ ਦੇ ਤਾਂ ਅਸੀਂ ਬਿਆਨ ਸੁਣੇ ਸੀ TV 'ਤੇ ਜਾਂ ਮੈਂ ਹੋਰ ਵੀ ਜਿਹੜੇ ਆਪਣੇ ਵਿਗਿਆਨ ਆ ਉਹਨਾਂ ਦੇ ਸੁਣੀਆਂ ਵਾ ਗੱਲਾਂ, ਬਟ ਵਟ ਅਬਾਊਟ ਪੰਜਾਬ 'ਚ ਓਵਰਆਲ ਮੂਡ ਕੀ ਆ ਇਹਨਾਂ ਦਾ, ਕਿ ਇਹਦੇ ਵਿੱਚ ਕੁਛ ਚੰਗਾ ਹੈਗਾ ਕਿ ਪੂਰਾ ਹੀ ਚੰਗਾ ਜਾਂ ਮਾੜਾ ਆ ਬਿੱਲਾਂ ਦੇ ਉੱਪਰ? ਜੇ ਆਪਾਂ ਸਿੱਧੇ ਸਿੱਧੇ ਬਿੱਲਾਂ ਦੀ ਗੱਲ ਕਰੀਏ ਉਹਦੇ ਵਿੱਚ ਤੇ ਬਹੁਤ ਵੱਡੇ ਵੱਡੇ ਦਿੱਲੀ ਅੰਦੋਲਨ ਹੋਏ ਆ, ਤਮਿਲਨਾਡੂ ਦਾ ਫਾਰਮਰ ਆਇਆ, ਮਹਾਰਾਸ਼ਟਰ ਦਾ ਫਾਰਮਰ ਆਇਆ, ਪੰਜਾਬ ਦਾ ਫਾਰਮਰ ਗਿਆ, ਉਹ ਸਾਰੇ ਅੰਦੋਲਨ ਦੇ ਵਿੱਚ ਬਹੁਤ ਸਾਰੀਆਂ ਮੰਗਾਂ ਸੀ। ਘੱਟੋ ਘੱਟ ਉਹ 100-50 ਮੰਗਾਂ 'ਚੋਂ ਜੇ ਇੱਕ ਮੰਗ ਵੀ ਇਹਨਾਂ ਦੇ ਵਿੱਚ ਕੰਸਿਡਰ ਕੀਤੀ ਹੁੰਦੀ ਤੇ ਆਪਾਂ ਜ਼ਰੂਰ ਮੰਨਦੇ ਵੀ ਚਲੋ ਇਹਨਾਂ ਨੇ ਕੁਛ ਮਾੜਾ ਮੋਟਾ ਸੁਣਿਆ। ਬਿਲਕੁਲ ਜਿਹੜੀਆਂ ਮੰਗਾਂ ਸੀ ਉਹਨਾਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਇਹ ਬਿੱਲ ਦੇ ਵਿੱਚ ਕਦੇ ਵੀ ਜਿਹੜੀਆਂ ਗੱਲਾਂ ਮੱਦਾਂ ਰੱਖੀਆਂ ਆ ਕੋਈ ਵੀ ਫਾਰਮਰ ਵੱਲੋਂ ਮੰਗ ਨਹੀਂ ਕੀਤੀ ਗਈ, ਔਰ ਧੱਕੇ ਨਾਲ ਇਹਨੂੰ ਰਾਜ ਸਭਾ ਦੇ ਵਿੱਚ ਇਹ ਬਿੱਲ ਨੂੰ ਪਾਸ ਕਰਕੇ ਇੱਕ ਕਾਨੂੰਨ ਬਣਾ ਦਿੱਤਾ ਗਿਆ। ਉਹਦੇ ਵਿੱਚ ਵੀ ਇੱਕ ਡੈਮੋਕ੍ਰੇਸੀ ਦਾ ਇੱਕ ਜਿਹੜਾ ਰੂਲ ਜਿਹੜਾ ਫੋਲੋ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ। ਸੋ ਇਹ ਤਾਂ ਸਿੱਧੀ ਗੱਲ ਆ ਵੀ ਕਿਸਾਨਾਂ ਵੱਲੋਂ ਮੰਗ ਨਹੀਂ ਸੀ ਤੇ ਕਿਸਾਨਾਂ ਦੇ ਉੱਤੇ ਥੋਪਿਆ ਗਿਆ ਔਰ ਕਿਸਾਨਾਂ ਦੇ ਅਗੇਂਸਟ ਸੀ। ਦੂਜੀ ਰਹੀ ਗੱਲ ਵੀ ਜੇ ਇਹ ਕਨਵਿੰਸ ਕਰਨ ਦੀ ਗੱਲ ਆ, ਇਹਦੇ ਅਕਾਲੀ ਦਲ ਨੂੰ ਕਨਵਿੰਸ ਕਰ ਲੈਣਾ, ਉਹ ਇਹਨਾਂ ਦਾ ਪਾਰਟਨਰ ਯਾਰ ਦੇ ਨਾਲ ਰਿਹਾ 28 ਸਾਲ, ਉਹਨਾਂ ਨੇ ਬੜੇ ਬੜੇ ਮੁੱਦੇ ਇਗਨੋਰ ਕਰ ਦਿੱਤੇ ਤੇ ਇਹ ਮੁੱਦੇ ਤੇ ਵੀ ਉਹਨਾਂ ਨੂੰ ਕਨਵਿੰਸ ਕਰ ਦਿੰਦੇ ਵੀ ਇਹ ਫਾਰਮਰ ਲਈ ਚੰਗਾ ਹੈ ਤੇ ਬਿਲਕੁਲ ਵੀ ਇਹਦੇ ਵਿੱਚ। ਤੇ ਸਾਡੇ ਕੋਲੋਂ 1955 ਤੱਕ ਉਹ ਇੱਕ ਲਾਅ ਸੀ ਵੀ ਇੱਕ ਬੰਦਾ ਜਿਹੜਾ ਆ ਉਹ ਸਾਡੀ ਫਸਲ ਚੱਕ ਕੇ ਸਟੋਰ ਨਹੀਂ ਕਰ ਸਕਦਾ ਤੇ ਇਹੋ ਜਿਹੀ ਦੁਬਾਰਾ ਆ ਰਹੀ ਹੈ, ਦੁਬਾਰਾ ਫਿਰ ਇੱਕ ਮੋਨੋਪੋਲਾਈਜ਼ ਕਰਨ ਦੀ ਕੋਸ਼ਿਸ਼ ਆ ਸਾਡੀ ਫੂਡ ਸਿਕਿਉਰਿਟੀ ਨੂੰ, ਉਹ ਵੀ ਇੱਕ ਖਤਰਨਾਕ ਗੱਲ ਆ। ਅਸੀਂ ਕੋਰਟ ਨਹੀਂ ਜਾ ਸਕਦੇ, ਇਹਦੇ ਵਿੱਚ ਕੋਈ ਸਾਡੇ ਨਾਲ ਠੱਗੀ ਮਾਰ ਲਵੇ, ਸਾਡੇ ਪੈਸੇ ਨਾ ਦਵੇ ਤੇ ਉਹਦੇ ਲਈ ਸਾਡੇ ਤੋਂ ਕੋਰਟ ਜਾਣ ਦਾ ਹੱਕ ਖੋਹ ਲਿਆ ਤੇ ਇਹ ਤੇ ਜਮਾ ਹੀ, ਇਹ ਤਾਂ ਰਿਫਿਊਜੀ ਨਾਲ ਵੀ ਕਿਸੇ ਨਾ ਕਿਸੇ ਮੁਲਕ 'ਚ ਨਹੀਂ ਹੁੰਦਾ, ਉਹਨਾਂ ਦੇ ਲਈ ਵੀ ਲਾਅ ਹੈਗਾ, ਪਰ ਅਸੀਂ ਕੋਰਟ ਨਹੀਂ ਜਾ ਸਕਾਂਗੇ। ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਬਹੁਤ ਇਹਦੇ ਵਿੱਚ ਮਾੜਾ ਹੋਇਆ। ਤੁਸੀਂ ਸਵਾਲ ਕੀਤਾ PhD ਦੇ ਨਾਲ, ਉਹ ਦੇਖੋ ਬਿਲਕੁਲ ਵੀ ਇਹਦੇ 'ਚ ਕੋਈ ਦੋ ਰਾਏ ਨਹੀਂ ਵੀ ਪੰਜਾਬ ਦੇ ਵਿੱਚ ਅਸੀਂ ਕਿਸੇ PhD ਦੀ ਬੇਬਾਕੀ ਨਾਲ ਇਹਦੇ 'ਤੇ ਰਾਏ ਨਹੀਂ ਸੁਣੀ। ਉਹਦਾ ਕਾਰਨ ਇਹ ਆ ਵੀ ਸਾਡੀ ਇੱਕ ਯੂਨੀਵਰਸਿਟੀ ਆ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਵਨ ਆਫ ਦਾ ਬ੍ਰਾਈਟ ਵਰਲਡ ਦੇ ਵਿੱਚ ਰਿਨਾਊਂਡ ਆ, ਪਰ ਉਹਦੇ ਵਿੱਚੋਂ ਜਿੰਨੇ ਵੀ ਸਟੂਡੈਂਟ ਪਾਸ ਆਊਟ ਹੁੰਦੇ ਆ, ਜਿਹੜੇ ਸਾਡੇ ਸਕਾਲਰ ਪਾਸ ਆਊਟ ਹੁੰਦੇ ਆ, ਉਹ ਤਕਰੀਬਨ ਗਵਰਨਮੈਂਟ ਦੇ ਨਾਲ ਇੱਕ ਜਜ਼ਬ ਹੋ ਜਾਂਦੇ ਆ ਜੋਬਸ ਦੇ ਵਿੱਚ, ਜਾਂ ਉਹ ਓਵਰਸੀਜ਼ ਚਲੇ ਜਾਂਦੇ ਆ। ਤੇ ਜਿਹੜੇ ਪੰਜਾਬ 'ਚ ਜਜ਼ਬ ਹੋ ਜਾਂਦੇ ਆ ਉਹ ਇੱਕ ਇੱਕ ਨੋਰਮਲ ਵਰਤਾਰਾ ਆ ਵੀ ਜਦੋਂ ਸਰਕਾਰੀ ਜੋਬ 'ਚ ਹੁੰਦੇ ਆ ਉਹ ਸਰਕਾਰੀ ਸਿਸਟਮ ਨੂੰ ਕ੍ਰਿਟੀਸਾਈਜ਼ ਨਹੀਂ ਕਰਦੇ। ਹਾਲਾਂਕਿ ਕੋਰਟ ਨੇ ਕਿਹਾ ਆ ਵੀ ਤੁਸੀਂ ਆਪਣੀ ਰਾਏ ਰੱਖ ਸਕਦੇ ਹੋ, ਪਿੱਛੇ ਜੇ ਇੱਕ ਰੂਲਿੰਗ ਵੀ ਆਈ ਆ, ਬਟ ਜਿਹੜੇ ਮੁੱਦੇ ਦੀ ਗੱਲ ਆਉਂਦੀ ਆ ਤਾਂ ਉਹ ਬਿਲਕੁਲ ਸਰਕਾਰ ਦੀ ਇੱਕ ਲਾਈਨ ਨੂੰ ਹੀ ਟੋ ਕਰਦੇ ਆ, ਉਹਦੇ ਤੇ ਉਹ ਆਪਣੀ ਗੱਲ ਜਿਹੜੀ ਆ ਉਹ ਨਹੀਂ ਰੱਖਦੇ, ਉਹਦਾ ਵੀ ਸਾਨੂੰ ਘਾਟਾ ਪੈਂਦਾ ਕਿਉਂਕਿ ਜਿਹੜੇ ਉਸ ਚੀਜ਼ ਦੀ ਨੌਲੇਜ ਰੱਖਦੇ ਆ ਉਹ ਉਹਦੇ ਤੇ ਨਹੀਂ ਬੋਲਦੇ ਤੇ ਸਾਨੂੰ ਉਹਦੇ ਤੇ ਆਮ ਇਹ ਦਾ ਲੇ ਮੈਂ ਉਹਨਾਂ ਇਨ ਨਿਟੀਗ੍ਰਿਟੀਜ਼ ਨੂੰ ਰਿਸਰਚ ਕਰਨ ਲੱਗੇ ਹਾਂ, ਕਦੇ ਵਕੀਲ ਦੇ ਪੁਆਇੰਟ ਆਫ ਵਿਊ ਤੋਂ, ਕਦੇ ਮਨੁੱਖੀ ਅਧਿਕਾਰ ਤੋਂ, ਕਦੇ ਇੱਕ ਐਕਟਿਵਿਸਟ ਦੇ ਤੌਰ ਤੇ, ਸਾਨੂੰ ਕਾਫੀ ਜਿਹੜਾ ਆ ਉਹਦੇ ਵਿੱਚ ਸਮਾਂ ਲੱਗਦਾ ਉਹ ਸਾਰੀ ਚੀਜ਼ ਨੂੰ ਰਿਸਰਚ ਕਰਨ ਨੂੰ। ਕੋਈ ਨਹੀਂ, ਬੋਲਣਗੇ ਡਾਕਟਰ ਬੈਂਸ ਜਦੋਂ ਇਹਨਾਂ ਦੇ ਨਿਆਣੇ ਬਾਹਰ ਭੱਜ ਗਏ ਨਾ, ਜਦੋਂ ਪੰਜਾਬ 'ਚ ਰਹਿ ਕੋਈ ਨਹੀਂ ਗਿਆ, ਉਦੋਂ ਇਹ ਬੋਲਣਗੇ। ਵੇਖੋ ਰੱਬ ਨੇ ਇਹਨਾਂ ਦੇ ਕਿੰਨਾ ਕਿੰਨੀ ਕਿਰਪਾ ਕੀਤੀ, ਪੜ੍ਹਾਈਆਂ ਦਿੱਤੀਆਂ, ਇਹ ਆਪਾਂ ਜਿਹੜੇ ਆ ਆਪਾਂ ਯੂਨੋ ਆਪਾਂ ਬਲੈਸਡ ਹਾਂ। ਅਤੇ ਜੇ ਅਸੀਂ ਵੀ ਨਾ ਬੋਲੇ ਆ PhD ਆ ਜਾਂ ਜਿਹੜੇ ਵੀ ਆ, ਕਿ ਕੀ ਫਾਇਦਾ ਤੁਹਾਡੀਆਂ PhD ਦਾ? ਅਤੇ ਫਿਰ ਉਹੀ ਹੋਊਗਾ ਜਦੋਂ ਬਈਏ ਸਾਡੇ ਟੇਕ ਓਵਰ ਕਰ, ਬਈਏ ਮਾੜੇ ਨਹੀਂ
मैं भैया की भी रिस्पैक्ट करता हार्डवर्किंग, मैंने ये गल नहीं करनी चाहिए थी, पर मैं यही कह जो साढ़े पंजाबी बाहर चल गए, जो पंजाब ही खत्म हो गया उदों ये बोलणगे। तो यू नो बाकी डॉक्टर बैंस लास्ट क्वेश्चन आ, जो मैं पंजाब भी गया ज हूँ आ शंभू बॉर्डर तो भी गल्ला बहर आ ज बहर गायकों तो भी सुनने मिलता, आर एस एस की बड़ी गलबात हो रही है कि जी आर एस एस ने पैर जमाले पंजाब दे विच, थोड़ा जिहा उन्हां बारे दसो कि कितना खतरा बनता जां की सानू अवेयरनेस होनी चाहिए आर एस एस बारे। जी बिल्कुल बिल्कुल, आर एस एस एक बॉडी है जिहड़ी कि इस वेले साढ़े भारत ते काबज हो चुकी है डेमोक्रेटिक वे दे नाल, वी दूसरी बारी, और सब तो खतरनाक गल यह है भी वह डेमोक्रेसी दे थ्रू आ तो गए आ, बट वो भारत लफ्ज बदल वरतण तो भी वो थोड़ा जिहा गुरेज करते आ, और उन्हां वलों हिंदुस्तान हिंदुआ का हिंदुस्तान एहो जिहा जिहड़ा नरेटिव आ जां सारे हिंदू आ ये दिता जाता है, और ऑब्वियसली जो एहो जिहे नरेटिव की गल हुंदी आ तां कश्मीर होया तमिलनाडु होया असम होया जां स्पैशली पंजाब होया, सानू अपने जिहड़े आ अख नक कन्न जिहड़े आ खुले रखण की जिहड़ी लोड़ जा वो बहुत इहदे विच हैगी है, कोई दो राय नहीं है। ये बहुत वड्डी बॉडी आ, और दूसरा ये बहुत वड्डी सरमाएदार लॉबी है, और उस सरमाएदार ने जे सर दो सरमाएदारां नूं फायदा देना तो वह इकनोमिकली भी इन्हां दे कोल बहुत वड्डी पावर आउंदी आ इलैक्शन तो अगली इलैक्शन जितण दे लई। पंजाब दे विच इन्हां दा इदां आ भी इन्हां ने डिसिप्लिन दे नाल इन्हां दा काडर जिहड़ा आ वह अपना नैटवर्क बनाउण दी कोशिश जिहड़ी आ वह करदा पिआ, इन्हां दे वल्लों जिवें साडे सज्जण मित्रां तों पता लगदा इन्हां नूं हर शहर दे विच 15 तों 20 बंदिआं नूं चंगे बंदिआं नूं इन्हां ने कॉन्टैक्ट भी कीता, शायद वह कोशिश हो सकदी आ बीजेपी दी भी असीं अपना एक चेहरा सुधारीए इन्हां चंगे बंदिआं नूं मूहरे रखीए इन्हां नूं इलैक्टोरल पॉलिटिक्स दे विच लै के आईए, बट वह सारियां गल्लां आ भी चोर मोरी वालियां गल्लां ने भी इन्हां दे नाल असीं पावर च आईए ते असीं इत्थे अपनी मन मर्जी करिए, ते जे मन मर्जी नहीं हुंदी फिर वह यूनियन टैरीटरी वाला राह तो हैगा ही है जिवें कश्मीर ना होया, मतलब एक खिते की पछाण मिटा देनी चाहिए, तो यह है भी दिल्ली तो असी बनाई थी अपनी राजधानी अपना काम चलाने लई 30 स्टेटा ने, दिल्ली होर इस तो वड्डी कोई नहीं, वो साडी राजधानी आ, वो 30 स्टेटा नूं चलाउण लई काम चलाउंदी पई आ, पर दिल्ली ने अपने एरिए बनाने शुरू कर दिते यूनियन टैरीटरी के रूप के अपने रूल थोपने शुरू कर दिते, स्टेटा के हक घटा दिते, फैडरलिज्म ते हमला कर दिता। मैनूं लगदा 30 स्टेटा इकट्ठियां हो जाण राज करे ते ट्रू फेडरलिज्म जिहड़ा आ उह आ सकदा है बजाए कि एक सिंगल पार्टी जिहड़ी मन मर्जी करदी उहदे नाल। डॉक्टर बैंस मैं दो गल्लां इत्थों ऐड करना चाहूंगा, एक कि जिहड़ी तुसीं गल कीती दिल्ली दी, मैं फील करदा कि दिल्ली जिहड़ी आ ना एक जिहदा प्यो आ कह लो देश दा उहने सारा परिवार नूं वेखणा कि उह हर एक दा हक देण दी कोशिश करनी आ, उह एक सेंट्रल गवर्नमेंट दी चीज़ चाहीदी आ, एक तुहाडी ओवरलुकिंग पावर मेरे ख्याल च, पर साडे जिहड़े लोकल पोलीटिशियन हुंदे आ साडे जिहड़े स्टेट दे पोलीटिशियन आ उहनां दा बनदा कि उह दिल्ली तों की लै सकदे आ, प्रॉब्लम इह रही कि जिहड़े साडे पोलीटिशियन आ उह विकाऊ हो गए, उन्होंने अपना सोचा अपन चीज़ा बना लो जिते स्टेट क्योंकि स जी भारत की सरकार उन्हें भारत का पहला वेखना, पर साढ़े जे आई थिंक सानू उन्हों वाल पॉइंट फिंगर घट करनी चाहिए अपने वाल ज्यादा करनी चाहिए, जे साडिया पार्टियां कांग्रेस अकाली दल आप हूँ जे पंजाब चाहिए ज बाकी है कि तुम साढ़े लिए करो क्योंकि उन्होंने भारत का ही पहला वेखना तुम्हें पंजाब का पहला वेखना सी। सो एक मेरी वो उपर सोच जी आर एस एस के उपर सोच आ, जे असी मीरी पीरी की गल करते हैं इदा ही आर एस एस का पूरा हिंदुओं का कह लो ज आर एस एस हिंदू तो नहीं आओ उन्होंने अपनी चलो सोच आ ब्राह्मण सोच कि अं दलित के भी एंटी आ फीमेल्स के एंटी आ उन्हों का वा कि असी अपना हिंदुता राज बना बेशक तुम बनाओ ता हक बनता जे असी मीरी पीरी की गल करते हैं, पर साडा भी वो राइट आ कि असी उन्होंने पॉइंट आउट करिए कि वह गलत कर दे आ, बाकी असी अपने सिद्धांतों स्ट्रोंग करिए अपने रिलीजियस पावर में स्ट्रोंग जो एस जी पी सी साड़ी आना स्ट्रोंग करिए इंस्टेड ऑफ कि अं किसी क्रिटिसाइज करने की थान पर अपने आप को स्ट्रोंग कर लिए। पहली गल तो उन्होंने जो पांच हर एक पिंड लोग है उन्होंने वेखिए कि वह कौन आ उन्होंने पॉइंट आउट करिए, दूजी गल जी एस जी पी सी जिन्हों अं वीक करी जाने उन्होंने स्ट्रोंग करिए। मैं जरूर अपने शो से अगले आने वाले हफ्त एस जी पी सी बारे जरूर गलबात करा किसी क्योंकि ये ऐसी चीज़ है जि जो टॉपिक सूँ बहर लैके आना चाहिए क्योंकि जो जो एस जी पी सी वीक होंगी है नाल पंजाब वीक हों नाल पंजाबी वीक होंगे नाल सिख वीक होंगे। सो आई फील कि इंस्टेड ऑफ पॉइंटिंग आउट आर एस एस ने आह करता जी वह करता जी अपने आप को स्ट्रोंग करिए, पर
एट द सेम टाइम गलत नूं पॉइंट आउट करना जरूरी आ, उन्हां नूं पॉइंट आउट जरूर करिए। जिदा तुसीं गल कीती उन्हां दी सदा ही एक खेड रही आ, नवजोत सिद्धू नूं लिआंदा, सनी देओल नूं लिआंदा, जां फिल्म स्टारां नूं लै आउंदे अगे, उन्हां दे थ्रू हुण अक्षय कुमार नूं लैके आउण दी कोशिश कीती। उह ते वधिया टाइम ते राम रहीम दे चक्करां च फस गया, नहीं तो उन्हां ने तो उहदा पूरी एक इमेज बनाई सी कि जी इह सरदार आ, इह तुहाडा पंजाबी आ, इहनूं तुसीं अपनाओ। बाकी यू नो आई थिंक अपने पॉलिटिशियंस नूं सानूं पॉइंट आउट करना चाहिए। अकाली दल नूं बहुत वड्डा मौका मिलिया दोबारा, बीजेपी तो छुट गए ने, पंजाब दी पार्टी आ, अकाली बहुत चंगे असीं उहनां नाल रहिंदे आ पिंड च, मतलब कि अकाली उह अकाली नहीं जिहड़े लीडर जिन्हां दी आपां गल करदे, आपां अकाली वर्कर जिहड़े जिन्हां ने खून दित्ता पार्टी लई, पंजाब लई, कांग्रेस लई भी मौका, जवाहर लाल नहरू दे उह स्टैप्स ते चल जाओ, उह किसानी फस्ट प्रायोरिटी दो उहनूं, आप आ तुसीं नवीं पार्टी जो बहुत कुछ कर सकते हो, तुहानूं ते उम्मीदां सानूं एन आर आई नूं पंजाबियां नूं, लैट डाउन ना करियो। बाकी डॉक्टर बैंस काफ़ी टाइम हो गया, फिर मिलांगे, एनी लास्ट रिमार्क्स? पंजाब बहुत वड्डी एक करोपी चो निकलता पिया है, और मैं एक गल कहना चाहूँगा भी इस वेले जिहड़ी मुहिम चलती पई आ उहदे विच सानूं डॉक्टर होने के नाते अपने किसान भरावां दा फिक्र आ, और कोविड के टाइम से दोनों सरकारों ने हमला किया है, तो असी सरकारों नूं मौका ना देईए, असी अपना जिहड़ा मूँह आ ढक के रखिए, जिहड़े प्रकॉशन सरकार ने जां तुसीं सोशल मीडिया से पढ़ते हो जरूर लो, जे असी अपना मूँह ढक के रखते हैं तो किसी भी तरह इन्हां कठां दे विच कोविड का कोई इंसीडेंट जे ना हो, यही अरदास है साडी। पर किसी भी बुलारे ने किसी भी स्टेज तो संगत को ये अपील अजे तक नहीं की, इस चीज़ का डर जरूर लगता है भी आपां नालों नाल अपना ख्याल रखना, अपनी सेहत का भी ख्याल रखना, तो जे तगड़े होवांगे तो फिर सरकारां दी पेठ आपां छेती ला लवांगे। वाहिगुरू जी का खालसा, वाहिगुरू जी की फतह। थैंक यू डॉक्टर बैंस, बड़े सही गल की। वाहिगुरू जी का खालसा, वाहिगुरू जी फतेह। जी मिलते हैं नैक्सट वीक विद अनदर एपीसोड।